ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਇੰਟਰਨੈਸ਼ਨਲ ਪ੍ਰੋਗਰਾਮ ਦੇ ਵਿੱਚ ਆਪ ਨੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਜਿਹੜੇ ਪੈਨਲ ਦੇ ਸਤਿਕਾਰਯੋਗ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੋਹਣਾ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ, ਇਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਕਮ ਸਿੰਘ ਸਾਹਿਬ ਜੀ, ਬੇਬੀ ਸੰਦੀਪ ਕੌਰ ਜੀ ਔਰ ਸਤਿਕਾਰਯੋਗ ਵੰਗਾਰ ਦੇ ਐਡੀਟਰ ਬਲਜੀਤ ਸਿੰਘ ਸਾਹਿਬ ਸ਼ਾਮਿਲ ਸਨ। ਇਸ ਗੱਲਬਾਤ ਦੇ ਵਿੱਚ ਜਿਹੜਾ ਨਿਚੋੜ ਆਪਾਂ ਕੱਢਿਆ, ਅੱਜ ਇਸ ਵਕਤ ਆਪ ਲੰਡਨ ਦੇ ਸਟੂਡੀਓ ਦੇ ਵਿੱਚ ਇਸ ਨਿਚੋੜ ਦੇ ਬਾਬਤ ਹੁਣ ਗੱਲਬਾਤ ਕਰਾਂਗੇ। ਮੈਂ ਆਪ ਜੀ ਨੂੰ ਦੱਸਦਾ ਜਾਵਾਂ ਕਿ ਲੰਡਨ ਦੇ ਸਟੂਡੀਓ ਤੋਂ ਬਾਅਦ, ਕਿਉਂਕਿ ਇਸ ਵਕਤ ਸਾਡੇ 4-5 ਸਟੂਡੀਓਜ਼ ਦੇ ਵਿੱਚ ਲਗਾਤਾਰ ਸਾਡੀ ਗੱਲਬਾਤ ਜਾਰੀ ਰਹੇਗੀ, ਜਿਵੇਂ ਕਿ ਆਪਨੇ ਹੁਣੇ ਹੁਣੇ ਅੰਮ੍ਰਿਤਸਰ ਸਾਹਿਬ ਤੋਂ ਗੱਲਬਾਤ ਸੁਣੀ ਹੈ, ਅੰਮ੍ਰਿਤਸਰ ਸਾਹਿਬ ਤੋਂ ਬਾਅਦ ਹੁਣ ਆਪਾਂ ਲੰਡਨ ਆ ਗਏ ਹਾਂ, ਲੰਡਨ ਤੋਂ ਬਾਅਦ ਆਪਾਂ ਬਰਮਿੰਘਮ, ਮਾਨਚੈਸਟਰ ਔਰ ਇਟਲੀ ਹੁੰਦੇ ਹੋਏ ਫਿਰ ਇੱਕ ਵਾਰੀ ਅੰਮ੍ਰਿਤਸਰ ਜਾਵਾਂਗੇ, ਫਿਰ ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹੇਗਾ। ਤੋ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਮੋਹਕਮ ਸਿੰਘ ਹੁਣਾਂ ਨੇ ਕੀਤੀ ਹੈ, ਜੋ ਉਦੇ ਘੋੜਾ ਨੇ ਉਹਨਾਂ ਪਾਸੋਂ ਸਵਾਲ ਪੁੱਛਿਆ ਸੀ ਡਾਕਟਰ ਸੁਖਪ੍ਰੀਤ ਸਿੰਘ ਹੁਣਾਂ ਨੇ, ਕਿ ਕੌਮ ਇਸ ਵਕਤ ਇਕੱਠੀ ਤਾਂ ਹੈ ਲੇਕਿਨ ਕੌਮ ਲੀਡਰਲੈਸ ਹੈ। ਗੱਲ ਦਾ ਨਿਚੋੜ ਉਹਨਾਂ ਵੱਲੋਂ ਇਹ ਸੀ ਕਿ ਕੌਮ ਤਿਆਰ ਹੈ ਪਰ ਕੌਮ ਦੇ ਕੋਲ ਲੀਡਰਸ਼ਿਪ ਕੋਈ ਨਹੀਂ ਹੈ। ਲੇਕਿਨ ਜਿਹੜੀ ਮੋਹਕਮ ਸਿੰਘ ਹੁਣਾਂ ਨੇ ਜਾਂ ਜਿਹੜੀ ਬਲਜੀਤ ਸਿੰਘ ਹੁਣਾਂ ਨੇ ਗੱਲਬਾਤ ਕੀਤੀ ਹੈ, ਉਸ ਦੇ ਵਿੱਚ ਉਹਨਾਂ ਨੇ ਕੌਮ ਤਿਆਰ ਹੈ ਇਹ ਤਾਂ ਦੱਸਿਆ ਕਿ ਕੌਮ ਬਿਲਕੁਲ ਤਿਆਰ ਹੈ, ਲੇਕਿਨ ਕੌਮ ਕਿਸ ਚੀਜ਼ ਦੇ ਲਈ ਤਿਆਰ ਹੈ? ਲੜਨ ਦੇ ਲਈ ਤਿਆਰ ਹੈ, ਕੁਛ ਪ੍ਰਾਪਤੀ ਕਰਨ ਦੇ ਲਈ ਤਿਆਰ ਹੈ, ਕਿਉਂਕਿ ਕੌਮ ਇਕੱਠੀ ਹੋਈ ਹੈ। ਔਰ ਆਪਾਂ ਇਹ ਤਾਂ ਜ਼ਾਹਿਰ ਤੌਰ ਪਰ ਸੋਚ ਹੀ ਸਕਦੇ ਹਾਂ ਕਿ ਜਿਸ ਵਕਤ ਸਾਡੀ ਕੌਮ ਇਕੱਠੀ ਹੁੰਦੀ ਹੈ ਉਸ ਵਕਤ ਕੁਝ ਨਾ ਕੁਝ ਪ੍ਰਾਪਤੀ, ਕੁਝ ਨਾ ਕੁਝ ਹਾਸਲ ਤਾਂ ਜ਼ਰੂਰ ਕਰ ਲੈਂਦੀ ਹੈ। ਤੋ ਸਿੱਖ ਕੌਮ ਦੇ ਨਾਲ ਹੋ ਰਹੀਆਂ ਵਧੀਕੀਆਂ ਦੇ ਪ੍ਰਤੀ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ। ਵਧੀਕੀਆਂ ਦਾ ਜਿਹੜਾ ਕਾਰਨ ਹੈ ਉਹ ਜੋ ਅੰਮ੍ਰਿਤਸਰ ਸਾਹਿਬ ਤੋਂ ਸਾਡੀ ਗੱਲਬਾਤ ਹੋਈ ਹੈ, ਉਸ ਦੇ ਵਿੱਚ ਇਹੋ ਹੀ ਕੱਢਿਆ ਗਿਆ ਕਿ ਇਹਨਾਂ ਵਧੀਕੀਆਂ ਦਾ ਕਾਰਨ ਇਹ ਹੈ ਕਿ ਕੌਮ ਦੇ ਕੋਲ ਇਸ ਵਕਤ ਕੋਈ ਯੋਗ ਅਗਵਾਹੀ ਦੇਣ ਵਾਲਾ ਨਹੀਂ, ਜਿਹੜੀਆਂ ਕੌਮ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੈਸ਼ਨਲ ਲੀਡਰਾਂ ਦੇ ਅੱਗੇ ਜਾ ਕੇ ਰੱਖ ਸਕੇ ਜਾਂ ਫਿਰ ਕੌਮ ਨੂੰ ਕਿਸੇ ਪੱਖੋਂ ਅਗਵਾਹੀ ਦੇ ਸਕੇ। ਕੌਮ ਇਕੱਠੀ ਹੈ ਲੇਕਿਨ ਕੌਮ ਨੂੰ ਅਗਵਾਹੀ ਦੇਣ ਵਾਲਾ ਕੋਈ ਨਹੀਂ ਹੈ। ਤਾਂ ਡਾਕਟਰ ਉਦੇਕੇ ਸਾਹਿਬ ਬਹਿਸ ਕਰ ਰਹੇ ਸਨ ਉਹਨਾਂ ਸਤਿਕਾਰਯੋਗ ਵੀਰਾਂ ਦੇ ਨਾਲ। ਡਾਕਟਰ ਸਾਹਿਬ ਨੇ ਇੱਕ ਗੱਲ ਹੋਰ ਕਹੀ ਕਿ ਕਈ ਵਾਰੀ ਲਹਿਰਾਂ ਦੇ ਵਿੱਚੋਂ ਲੀਡਰ ਪੈਦਾ ਹੋ ਜਾਂਦੇ ਨੇ ਔਰ ਕਈ ਵਾਰੀ ਲਹਿਰਾਂ ਲੀਡਰ ਪੈਦਾ ਕਰ ਦਿੰਦੀਆਂ ਨੇ, ਅਤੇ ਜੇ ਲੀਡਰ ਨਹੀਂ ਤਾਂ ਫਿਰ ਉੱਠੀ ਹੋਈ ਲਹਿਰ ਵੀ ਕੁਝ ਨਹੀਂ ਕਰ ਸਕਦੀ। ਜਿਵੇਂ ਕਿ 84 ਦੇ ਵਿੱਚ ਇੱਕ ਲਹਿਰ ਉੱਠੀ, ਉਸ ਲਹਿਰ ਦੀ ਧਾਰਮਿਕ ਅਗਵਾਈ ਦੇਣ ਦੇ ਲਈ ਮਹਾਂਪੁਰਖ ਸੰਤ ਬਾਬਾ ਭਿੰਡਰਾਂਵਾਲੇ ਅੱਗੇ ਆਏ ਔਰ ਜ਼ਾਹਿਰ ਤੌਰ ਉੱਪਰ ਉਹਨਾਂ ਦੀ ਰਹਿਨੁਮਾਈ ਹੇਠ ਕੌਮ ਨੂੰ ਇੱਕ ਸੇਧ ਮਿਲੀ। ਲੇਕਿਨ ਉਹ ਸਭ ਤੋਂ ਵੱਡੀ ਸੇਧ ਇਹ ਸੀ ਕਿ ਕੌਮ ਉਸ ਵਕਤ ਧਾਰਮਿਕ ਪੱਖੋਂ ਇੱਕ ਹੋਈ, ਜਿਨ੍ਹਾਂ ਨੇ ਕੇਸ ਦਾੜੀਆਂ ਨਹੀਂ ਸਨ ਰੱਖੀਆਂ ਹੋਈਆਂ, ਜਿਹੜੇ ਨਸ਼ਿਆਂ ਦੇ ਵਿੱਚ ਸਨ ਉਹਨਾਂ ਨੇ ਕੇਸ ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ, ਇੱਕ ਜਿਹੜੀ ਕਿ ਬਹੁਤ ਹੀ ਚੰਗੀ ਜਿਹੜੀ ਮੁਬਾਰਕ ਸਵੇਰ ਦਾ ਆਗਾਜ਼ ਹੋਇਆ ਜਿਸ ਵਕਤ ਕਿ ਕੌਮ ਦੇ ਵਿੱਚ ਇੱਕ ਧਾਰਮਿਕ ਭਾਵਨਾ, ਇੱਕ ਧਾਰਮਿਕ ਜਜ਼ਬਾ ਵੀ ਪੈਦਾ ਹੋਇਆ। ਲੇਕਿਨ ਜਿਸ ਵਕਤ ਅਟੈਕ ਹੋਇਆ, ਅਟੈਕ ਤੋਂ ਬਾਅਦ ਫਿਰ ਜੂਨ 84 ਦਾ ਇੱਕ ਐਸਾ ਸਾਕਾ ਹੋ ਗਿਆ, ਉਸ ਤੋਂ ਬਾਅਦ ਕੌਮ ਦੇ ਵਿੱਚ ਉਹ ਸ਼ਿਥਿਲਤਾ ਆ ਗਈ, ਯਾਨੀ ਕਿ ਇੱਕ ਐਸੀ ਭਾਵਨਾ ਜਿਸ ਦੇ ਵਿੱਚ ਕੌਮ ਪੂਰੀ ਤਰ੍ਹਾਂ ਦੇ ਨਾਲ ਅੱਗੇ ਨਹੀਂ ਵੱਧ ਸਕੀ। ਜਿਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੁਝਾਰੂ ਲਹਿਰ ਵੀ ਉਸ ਵਕਤ ਠੰਡੀ ਹੋ ਗਈ ਜਾਂ ਜੁਝਾਰੂ ਲਹਿਰ ਦੇ ਵਿੱਚ ਵੀ ਥੋੜ੍ਹਾ ਜਿਹਾ ਖੜੋਤ ਆ ਗਈ ਔਰ ਫਿਰ ਉਸ ਤੋਂ ਬਾਅਦ ਇਹ ਸਾਰੇ ਦੇ ਸਾਰੇ ਜਿਹੜੇ ਸਨ ਕੌਮ ਦੇ ਵਿੱਚ ਭਾਣੇ ਵਾਪਰਦੇ ਰਹੇ। ਲੀਡਰਲੈਸ ਕੌਮ ਹੈ, ਇਸ ਗੱਲ ਦਾ ਸੁਨੇਹਾ ਸੰਕੇਤ ਉਹਨਾਂ ਨੇ ਸਾਨੂੰ ਦੇ ਦਿੱਤਾ। ਉਸ ਤੋਂ ਬਾਅਦ ਲਹਿਰਾਂ ਦੇ ਵਿੱਚੋਂ ਕੀ ਲੀਡਰ ਪੈਦਾ ਹੁੰਦਾ? ਅੱਜ ਆਪਾਂ ਇਸ ਗੱਲ ਨੂੰ ਲੈ ਕੇ ਆਪਣੇ ਇਸ ਵਕਤ ਲੰਡਨ ਦੇ ਸਟੂਡੀਓ ਤੋਂ ਵੀ ਆਪਾਂ ਇਸੇ ਬਹਿਸ ਦਾ ਬਹਿਸ ਨੂੰ ਅੱਗੇ ਵਧਾਵਾਂਗੇ। ਮੇਰੇ ਨਾਲ ਸਤਿਕਾਰਯੋਗ ਬਿਲਕੁਲ ਸੱਜੇ ਪਾਸੇ ਬੈਠੇ ਨੇ ਸਤਿਕਾਰਯੋਗ ਸਰਵਣ ਸਿੰਘ ਜੀ ਕੰਦੋਲਾ ਸਾਹਿਬ, ਜਿਹੜੇ ਕਿ ਸਿੰਘ ਸਭਾ ਲੰਡਨ ਈਸਟ ਪਾਰਕਿੰਗ ਤੋਂ ਆਏ ਨੇ, ਸਾਡੇ ਨਾਲ ਇਸ ਵਕਤ ਪੈਨਲ ਦੇ ਵਿੱਚ ਸ਼ਾਮਿਲ ਨੇ। ਇਹ ਉਹਨਾਂ ਪਾਸੋਂ ਵੀ ਆਪਾਂ ਵਿਚਾਰ ਜਾਣਾਂਗੇ ਔਰ ਮੇਰੇ ਬਿਲਕੁਲ ਸੱਜੇ ਪਾਸੇ ਬੈਠੇ ਨੇ ਸਤਿਕਾਰਯੋਗ ਸਾਡੇ ਵੀਰ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਮਾਨ ਸਾਹਿਬ, ਜਿਹੜੇ ਕਿ ਇਸ ਵਕਤ ਮੇਅਰ ਨੇ ਲੰਡਨ ਬੋਰੋ ਆਫ ਹੌਂਸਲੋ ਦੇ, ਉਹਨਾਂ ਦਾ ਸਵਾਗਤ ਹੈ। ਕਿਸੇ ਵੀ ਜਾਣ ਪਹਿਚਾਣ ਦੇ ਮੁਤਾਬਿਕ ਨਹੀਂ, ਸਾਡੇ ਸਟੂਡੀਓ ਦੇ ਵਿੱਚ ਅਨੇਕਾਂ ਵਾਰ ਆਏ, ਸਾਡੇ ਨਾਲ ਅਨੇਕਾਂ ਵਾਰੀ ਗੱਲਬਾਤ ਕੀਤੀ। ਅੰਮ੍ਰਿਤਪਾਲ ਸਿੰਘ ਜੀ ਮਾਨ ਸਾਹਿਬ, ਆਪ ਜੀ ਦੇ ਪਿਤਾ ਜੀ ਸਰਦਾਰ ਅਜੀਤ ਸਿੰਘ ਜੀ ਮਾਨ ਸਾਹਿਬ ਸਾਡੇ ਨਾਲ ਕੁਲੀਗ ਰਹੇ, ਪੜ੍ਹਾਉਂਦੇ ਰਹੇ। ਇਸ ਤੋਂ ਇਲਾਵਾ ਮੇਰੇ ਬਿਲਕੁਲ ਖੱਬੇ ਪਾਸੇ ਬੈਠੇ ਨੇ ਚਰਨਜੀਤ ਸਿੰਘ ਜੀ ਸੋਜੋ ਸਾਹਿਬ, ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਅੱਜ ਪੰਜਾਬ ਦੀ ਧਰਤੀ ਤੋਂ ਸਾਡੇ ਵਿਚਕਾਰ ਆਏ ਨੇ। ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਲੜੀ ਔਰ ਉਸ ਜੁਝਾਰੂ ਲਾਇਰ ਦੇ ਨਾਲ ਬਾਵਸਥਾ ਰਹੇ ਨੇ। ਆਪਣੇ ਦੇਸ਼, ਆਪਣੇ ਵਤਨ ਯਾਨੀ ਕਿ ਸਿੱਖਾਂ ਦੀ ਆਜ਼ਾਦੀ ਦੇ ਲਈ ਬੜੀ ਸ਼ਿੱਦਤ ਦੇ ਨਾਲ ਜਦੋਜਹਿਦ ਕਰ ਰਹੇ ਨੇ ਔਰ ਇਸ ਵਕਤ ਜਿਹੜੀ ਕਿ ਕੌਮੀ ਭਾਵਨਾ ਦੇ ਨਾਲ ਸਾਡੇ ਕੁਝ ਕੁ ਗੁਰਸਿੱਖਾਂ ਉੱਪਰ
ਮੁੜ ਕੇ ਤਸ਼ੱਦਦ ਦੀ ਲਹਿਰ ਚੱਲੀ ਹੈ, ਉਸ ਦੇ ਹੁਣ ਵੀ ਸ਼ਿਕਾਰ ਹੋਏ, ਲੇਕਿਨ ਫਿਰ ਵੀ ਹੌਸਲਾ ਬੁਲੰਦ ਹੈ। ਤਾਂ ਚਰਨਜੀਤ ਸਿੰਘ ਸੁੱਜੋ ਹੁਣਾਂ ਦੇ ਨਾਲ ਆਪਾਂ ਅੱਗੋਂ ਆਉਣ ਵਾਲੇ ਵਕਤ ਦੇ ਵਿੱਚ ਵੀ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਖੁੱਲ੍ਹੀਆਂ ਵਿਚਾਰਾਂ ਕਰਾਂਗੇ, ਪਰ ਅੱਜ ਦੀ ਜਿਹੜੀ ਵਿਚਾਰ ਹੈ ਉਹ ਸੀਮਿਤ ਵਿਚਾਰ ਹੈ, ਜਿਸ ਦੇ ਵਿੱਚ ਕੌਮ ਨੂੰ ਕੀ ਲੀਡਰ ਮਿਲ ਸਕੇਗਾ, ਕੌਮ ਲੀਡਰਲੈਸ ਕਿਉਂ ਹੈ, ਕਿਉਂ ਰਹੀ ਕੌਮ ਲੀਡਰਲੈਸ, ਇੰਨਾ ਸਿਆਣਪ ਹੁੰਦਿਆਂ ਹੋਇਆਂ ਸਿੱਖ ਕੌਮ ਦੇ ਵਿੱਚ ਖਿਮਾ ਕਰਨੀ, ਆਰਥਿਕ ਪੱਖੋਂ ਅਮੀਰ ਵਿਅਕਤੀਆਂ ਦੀ ਵੀ ਘਾਟ ਨਹੀਂ, ਸਿੱਖ ਕੌਮ ਦੇ ਵਿੱਚ ਜਿਹੜੇ ਦਿਮਾਗੀ ਪੱਖੋਂ ਉਦਯੋਗਪਤੀ ਨੇ ਆਪਣੇ ਆਪਣੇ ਵਪਾਰ ਚਲਾ ਰਹੇ ਨੇ ਔਰ ਵਪਾਰ ਰਾਹੀਂ ਬੜੀਆਂ ਉੱਚ ਪਦਵੀਆਂ ਪ੍ਰਾਪਤ ਕੀਤੀਆਂ, ਉਹਨਾਂ ਦੀ ਵੀ ਘਾਟ ਨਹੀਂ, ਉੱਚੇ ਤੋਂ ਉੱਚੀ ਪਦਵੀਆਂ ਉੱਪਰ ਪਹੁੰਚ ਚੁੱਕੇ ਨੇ ਸਿੱਖ, ਵਿਦੇਸ਼ਾਂ ਦੇ ਵਿੱਚ ਵਸ ਚੁੱਕੇ ਨੇ, ਕਿਸੇ ਪੱਖੋਂ ਕੋਈ ਵੀ ਐਸਾ ਪਹਿਲੂ ਨਹੀਂ ਹੈ ਜਿਸ ਦੇ ਵਿੱਚ ਸਿੱਖਾਂ ਨੇ ਮਾਰ ਕੇ ਨਹੀਂ ਮਾਰੇ ਹੋਣ, ਫਿਰ ਸਿੱਖ ਆਪਣੀ ਹੀ ਕੌਮ ਨੂੰ ਲੀਡਰ ਕਿਉਂ ਨਹੀਂ ਦੇ ਸਕੇ, ਇਹ ਇੱਕ ਬਹੁਤ ਗੰਭੀਰ ਮੁੱਦਾ ਹੈ। ਤਾਂ ਚਰਨਜੀਤ ਸਿੰਘ ਸੁੱਜੋ ਸਾਹਿਬ ਦੇ ਨਾਲ ਬੈਠੇ ਨੇ ਸਤਿਕਾਰਯੋਗ ਬਲਵੀਰ ਸਿੰਘ ਜੀ ਬੈਂਸ ਸਾਹਿਬ, ਜਿਹੜੇ ਕਿ ਸਿੱਖ ਔਰਗਨਾਈਜੇਸ਼ਨ ਫੋਰ ਪ੍ਰਿਜ਼ਨਰਸ ਵੈਲਫੇਅਰ ਜਥੇਬੰਦੀ ਦੇ ਨਾਮ ਹੇਠ ਆਪਣੀ ਜਦੋਜਹਿਦ ਕਰ ਰਹੇ ਨੇ ਔਰ ਚਿਰਾਂ ਤੋਂ ਲੜਾਈ ਲੜ ਰਹੇ ਨੇ। ਉਸ ਲੜਾਈ ਦੇ ਵਿੱਚ ਆਪ ਵੀ ਹਿੰਦੁਸਤਾਨ ਦੀ ਸਰਕਾਰ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਨੇ, ਸਾਡੇ ਪਿੱਛੋਂ ਕੁਛ ਲੁਕਿਆ ਛੁਪਿਆ ਨਹੀਂ ਹੈ ਉਹਨਾਂ ਦੇ ਜੀਵਨ ਬਾਰੇ, ਲੇਕਿਨ ਉਹਨਾਂ ਨੇ ਆਪਣੀ ਸੇਵਾ ਦੇ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ, ਕੋਈ ਖੜੋਤ ਨਹੀਂ ਆਉਣ ਦਿੱਤੀ, ਉਸੇ ਹੀ ਭਾਵਨਾ ਦੇ ਨਾਲ ਸਿੱਖ ਕੌਮ ਦੀ ਸੇਵਾ ਕਰ ਰਹੇ ਨੇ, ਸੇਵਾ ਨਿਭਾ ਰਹੇ ਨੇ। ਸਤਿਗੁਰ ਆਪ ਜੀ ਨੂੰ ਵੀ ਉਮਰ ਦਰਾਜ਼ ਕਰਨ। ਔਰ ਆਪਾਂ ਅੱਜ ਦੇ ਇਸ ਲੰਡਨ ਸਟੂਡੀਓ ਤੋਂ ਆਗਾਜ਼ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਆਪਾਂ ਅੱਜ ਦੇ ਇਸ ਮੁੱਦੇ ਬਾਰੇ ਜਿਹੜਾ ਕਿ ਆਪਨੇ ਹੁਣੇ ਹੁਣੇ ਸੁਣਿਆ ਹੈ ਔਰ ਮੈਂ ਵੀ ਥੋੜ੍ਹਾ ਜਿਹਾ ਡਿਸਕਸ ਕਰ ਹੀ ਦਿੱਤਾ ਹੈ, ਇਸ ਦੇ ਬਾਬਤ ਆਪ ਕੀ ਵਿਚਾਰ ਦਿਓਗੇ? ਮੈਂ ਸਰਵਣ ਸਿੰਘ ਸਾਹਿਬ ਕੰਦੋਲਾ ਸਾਹਿਬ ਤੋਂ ਗੱਲਬਾਤ ਸ਼ੁਰੂ ਕਰਦਾ। ਕੰਦੋਲਾ ਸਾਹਿਬ, ਆਪ ਜੀ ਕੀ ਕਹੋਗੇ ਅੱਜ ਦੇ ਇਸ ਮੁੱਦੇ ਬਾਰੇ ਕਿ ਕੌਮ ਇੱਕ ਲੀਡਰਲੈਸ ਹੋ ਚੁੱਕੀ ਹੈ? ਕੀ ਤੁਸੀਂ ਇਸ ਗੱਲ ਦੇ ਨਾਲ ਪਹਿਲਾਂ ਤਾਂ ਸਹਿਮਤ ਹੋ ਕਿ ਕੌਮ ਦੇ ਕੋਲ ਕੋਈ ਲੀਡਰ ਨਹੀਂ, ਇਹ ਔਨ ਹੈ ਜੀ, ਤੁਸੀਂ ਫਿਕਰ ਨਹੀਂ ਕਰੋ, ਇਹਨੂੰ ਆਪਣੇ ਤੁਸੀਂ ਕਰੀਬ ਕਰ ਲਓ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਇਹ ਬਹੁਤ ਅੱਛਾ ਟੌਪਿਕ ਹੈ ਕਿ ਸਿੱਖ ਕੌਮ ਕੋਲ ਇਸ ਵੇਲੇ ਕੋਈ ਲੀਡਰ ਨਹੀਂ। ਇਹ ਮੈਂ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਧਾਰਮਿਕ ਲੀਡਰ ਦੇ ਤਾਂ ਇੱਕ ਸਿਆਸੀ ਲੀਡਰ ਦੇ ਵਿੱਚ ਕਿਹੜਾ ਲੀਡਰ ਲੱਭਦੇ ਹਾਂ ਜੀ, ਕਿ ਸਿਆਸੀ ਲੀਡਰ ਤਾਂ ਸਾਡੇ ਕੋਲ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਬਣ ਚੁੱਕਾ, ਚੀਫ ਮਿਨਿਸਟਰ ਬਣ ਚੁੱਕਾ ਹੈ, ਉਹਦੇ ਸਾਨ ਸਿਆਣਾ ਤਾਂ ਇਸ ਵੇਲੇ ਮੈਂ ਕਹਿੰਦਾ ਕਿ ਸਾਨੂੰ ਪੰਜਾਬ ਦੇ ਵਿੱਚ ਨਹੀਂ ਮਿਲ ਸਕਦਾ। ਜਿਹੜਾ ਧਾਰਮਿਕ ਤੌਰ 'ਤੇ ਅਸੀਂ ਜਥੇਦਾਰ ਫੂਲਾ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਕੀ ਕੀਤਾ, ਉਸ ਵੇਲੇ ਉਹ ਧਾਰਮਿਕ ਤੌਰ 'ਤੇ ਜਥੇਦਾਰ ਸੀਗੇ, ਉਸ ਵੇਲੇ ਜਿਹੜਾ ਲੀਡਰ ਸੀ ਉਹ ਮਹਾਰਾਜਾ ਰਣਜੀਤ ਸਿੰਘ ਸੀ, ਉਹ ਟਾਈਮ ਵੀ ਹੋਰ ਸੀ। ਜਿਹੜਾ ਹੁਣ ਟਾਈਮ ਹੈ ਜਿਸ ਦੇ ਵਿੱਚ ਅਸੀਂ ਲੀਡਰ ਲੱਭਦੇ ਹਾਂ, ਜਿਹੜੀ ਸਾਇੰਸ ਦੇ ਪੱਖੋਂ, ਪੜ੍ਹਾਈ ਦੇ ਪੱਖੋਂ, ਹੋਰਨਾਂ ਚੀਜ਼ਾਂ ਦੇ ਪੱਖੋਂ ਜਿਹੜਾ ਸੰਸਾਰ ਆ ਉਹ ਬਹੁਤ ਅੱਗੇ ਵੱਧ ਗਿਆ ਹੈ, ਉਸ ਦੇ ਵਿੱਚੋਂ ਲੀਡਰ ਲੱਭਣਾ ਅਸੀਂ ਜਿਸ ਵੇਲੇ ਲੱਭਦੇ ਹਾਂ ਅਤੇ ਸਾਨੂੰ ਜਿਹੜਾ ਲੀਡਰ ਆ ਅਸੀਂ ਆਪਣੀ ਪਰਖ ਦੇ ਮੁਤਾਬਕ ਲੱਭਦੇ ਹਾਂ, ਉਹ ਸਾਨੂੰ ਲੱਭਣਾ ਬਹੁਤ ਔਖਾ ਹੈ। ਜਿਸ ਵੇਲੇ ਆਪਾਂ ਗੱਲ ਕੀਤੀ ਹੈ ਕਿ ਹੁਣ ਜਥੇਦਾਰ ਗੁਰਬਚਨ ਸਿੰਘ ਹਨ, ਅਕਾਲ ਤਖ਼ਤ ਦੇ ਜਥੇਦਾਰ, ਜਿੰਨੀਆਂ ਵੀ ਸਟੇਟਮੈਂਟਸ ਉਹਨਾਂ ਦੀਆਂ ਆਈਆਂ ਹਨ ਅਤੇ ਪਹਿਲੇ ਜਥੇਦਾਰਾਂ ਨਾਲ ਤੁਸੀਂ ਕੰਪੇਅਰ ਕਰਕੇ ਦੇਖ ਲਓ, ਮੈਂ ਉਹਨਾਂ ਦੇ ਵਿੱਚ ਇੱਕ ਵਾਰ ਵੀ ਇੱਦਾਂ ਦੀ ਨਹੀਂ ਕੋਈ ਤੁੜੀ ਦੇਖੀ ਕਿ ਉਹਨਾਂ ਨੇ ਉਸ ਦੇ ਵਿੱਚ ਕਿਸੇ ਬਾਬਤ ਜਾਂ ਕਿਸੇ ਪੱਖ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਅੱਗੇ ਲਿਆਂਦਾ ਹੋਵੇ। ਬਹੁਤ ਸੂਝਵਾਨ ਦੇ ਤੌਰ 'ਤੇ ਉਹਨਾਂ ਨੇ ਸਾਰੇ ਬਿਆਨ ਦਿੱਤੇ ਹਨ। ਲੀਡਰ ਸਾਡੇ ਕੋਲ ਹੈ, ਲੇਕਿਨ ਅਸੀਂ ਲੀਡਰ ਨੂੰ ਲੈ ਕੇ ਉਸਨੂੰ ਬਹੁਤ ਛੇਤੀ ਬਦਨਾਮ ਕਰਨਾ ਚਾਹੁੰਦੇ ਹਾਂ, ਕਰ ਦਿੰਦੇ ਹਾਂ। ਬਹੁਤ ਬੜੀਆਂ ਬੜੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ, ਸਾਡੇ ਇੰਗਲੈਂਡ ਦੇ ਵਿੱਚ ਜਥੇਬੰਦੀਆਂ ਹਨ, ਉਹ ਕਹਿੰਦੀਆਂ ਹਨ ਕਿ ਜੀ ਅੱਜ ਅਕਾਲ ਤਖ਼ਤ ਤੋਂ ਹੁਕਮਨਾਮਾ ਪੇਸ਼ ਕਰ ਦਿਓ ਕਿ ਆਹ ਚੀਜ਼ ਹੋਵੇ। ਜਥੇਦਾਰ ਨੂੰ ਟਾਈਮ ਮਿਲਣਾ ਚਾਹੀਦਾ ਹੈ, ਜਥੇਦਾਰ ਨੂੰ ਕੁਝ ਸੋਚਣਾ ਚਾਹੀਦਾ ਹੈ। ਜੇ ਤੁਸੀਂ ਸੁਣਦੇ ਹਾਂ ਸਰਬੱਤ ਖਾਲਸਾ, ਸਰਬੱਤ ਖਾਲਸੇ ਨਾਲੋਂ ਸਾਡੇ ਕੋਲ ਹੁਣ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਜਿਸ ਦੇ ਵਿੱਚ ਉਹ ਚੋਣਾਂ ਨਾਲ ਚੁਣ ਕੇ ਆ ਰਹੇ ਆਏ ਹਨ, ਅਤੇ ਉਸ ਵਿੱਚ ਵਿਚਾਰ ਜਿਹੜੀ ਵਿਚਾਰਧਾਰਾ ਵਾਲੀ ਕਮੇਟੀ ਹੈ ਉਹ ਬਹੁਤ ਚਿਰਾਂ ਤੋਂ ਬਣ ਚੁੱਕੀ ਹੈ, ਜਿਹਦੇ ਵਿੱਚ ਸਾਰੀਆਂ ਚੀਜ਼ਾਂ ਪੇਸ਼ ਹੋ ਕੇ ਐਨ ਸਿੱਟਾ ਕੱਢ ਕੇ ਫਿਰ ਉਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿਰਫ ਇੱਕ ਸਪੋਕਸਮੈਨ ਦੇ ਤੌਰ 'ਤੇ ਦੱਸਦੇ ਹਨ। ਅਤੇ ਮੈਂ ਤਾਂ ਕਹਿੰਦਾ ਸਾਨੂੰ ਸਰਬੱਤ ਖਾਲਸਾ ਜਿਹੜਾ ਹੈਗਾ ਉਹ ਉਸਦੀ ਲੋੜ ਵੀ ਹੈ, ਲੇਕਿਨ ਅਸੀਂ ਉਹ ਸਰਬੱਤ ਖਾਲਸਾ ਕਿੱਥੋਂ ਲੱਭਾਂਗੇ, ਕਿੰਨੇ ਕੁ ਬੰਦੇ ਲੱਭਾਂਗੇ, ਕਿੰਨੇ ਕੁ ਜਥੇਬਾਰੀਆਂ ਲੱਭਾਂਗੇ। ਹੋ ਇਸ ਵੇਲੇ ਸਾਡੇ ਕੋਲ ਜਿਹੜਾ ਸਰਬੱਤ ਖਾਲਸਾ ਹੈ ਉਹ ਸਾਨੂੰ ਜੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਉਸ ਦੇ ਵਿੱਚੋਂ ਲੱਭਦਾ ਹੈ। ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਰਾਜੂ ਆਣੇ ਨੇ ਜਿਹੜੀ ਸਾਡੀ ਸਾਰੀ ਸਿੱਖ ਕੌਮ ਨੂੰ ਇੱਕ ਜਗਾ ਦਿੱਤਾ ਹੈ, ਉਹ ਜਾ ਕੇ 5-7 ਦਿਨ ਉਹ ਬਹੁਤ ਚੰਗੀ ਤਰ੍ਹਾਂ ਜਾਗਿਆ ਹੈ,
ਸਾਰਾ ਪੰਥ, ਸਾਰੀ ਕੌਮ, ਹੁਣ ਉਹ ਜਿਹੜੀ ਕੌਮ ਆ ਫਿਰ ਉਸੇ ਤਰ੍ਹਾਂ ਧੰਦਲੇ ਦੇ ਵਿੱਚ ਹੈ। ਮੈਂ ਬੇਨਤੀ ਕਰਦਾ ਹਾਂ ਜੇ ਇਕੱਠੇ ਹੋ ਕੇ ਸਾਰੇ ਜਣੇ ਉਹ ਜਥੇਦਾਰ ਦੇ ਮਗਰ ਜਾਂ ਉਹਨੂੰ ਹੁਣ ਦੇ ਤੌਰ 'ਤੇ ਲੀਡਰ ਮੰਨ ਲਓ, ਫਿਰ ਤੁਸੀਂ ਕਹਿੰਦੇ ਹਾਂ ਕਿ ਜੀ ਉਹ ਸਾਡਾ ਪੋਪ ਹੈ। 203 ਮੁਲਕ ਹਨ ਜਿਨ੍ਹਾਂ ਦੇ ਵਿੱਚੋਂ ਵੱਡੇ ਵੱਡੇ ਵਿਸ਼ ਪਾਉਂਦੇ ਹਨ, ਜਿਸ ਵੇਲੇ ਉਹਦੀ ਮੌਤ ਹੋ ਜਾਂਦੀ ਹੈ ਚੁਣਨਾ ਹੁੰਦਾ ਉਹਨੂੰ ਚੁਣਦੇ। ਸਾਡੇ ਕੋਲ ਕੋਈ ਸਟਰਕਚਰ ਨਹੀਂ ਹੈ, ਉਹ ਸਟਰਕਚਰ ਦੇ ਨਾਲ ਅਸੀਂ ਜਥੇਦਾਰ ਬਣਾਉਂਦੇ ਹਾਂ। ਜਥੇਦਾਰ ਦੀ ਸਟਰਕਚਰ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਜੇ ਉਹ ਸਟਰਕਚਰ ਬਣੀ ਹੋਵੇ ਅਤੇ ਤਾਂ ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਿਹੜਾ ਅਸੀਂ ਘੜੀ ਮੁੜੀ ਕਹਿੰਦੇ ਹਾਂ ਜੀ ਜਥੇਦਾਰ ਤਾਂ ਖੁਲਾਣੇ ਦਾ ਮੁਲਾਜ਼ਮ ਹੈ, ਉਹਨੂੰ ਆਹ ਕੀਤਾ ਹੈ, ਇਹ ਸਾਡੇ ਵਿੱਚ ਉਹਨਾਂ ਵਾਂਗੂ ਕਲਰਜੀ ਤੋਂ ਲੈ ਕੇ ਵਿਸ਼ਪ ਤੱਕ, ਆਰਚ ਵਿਸ਼ਪ ਤੱਕ, ਹੋਰਨਾਂ ਚੀਜ਼ਾਂ ਤੱਕ ਜਾਣਾ ਚਾਹੀਦਾ ਜਿਨ੍ਹਾਂ ਵਿੱਚੋਂ ਅੱਗੇ ਸਾਨੂੰ ਉਦਾਂ ਲੱਭਣੀਆਂ ਚਾਹੀਦੀਆਂ। ਸਾਡੇ ਕੋਲ ਲੀਡਰ ਹੈ, ਲੀਡਰ ਦੀ ਜ਼ਰੂਰਤ ਹੈ। ਸਰਦਾਰ ਕੁਲਵੰਤ ਸਿੰਘ ਰਾਜੂਆਣੇ ਨੇ ਇੰਨੇ ਸਾਲ ਕੋਟ ਆਪਣੀ ਪ੍ਰਿਜ਼ਨ ਦੇ ਵਿੱਚ ਰਹਿ ਕੇ ਜਿਹੜਾ ਉਹਨਾਂ ਨੇ ਇਹ ਸਾਨੂੰ ਸੰਦੇਸ਼ ਦਿੱਤਾ ਹੈ, ਸਾਰੀ ਕੌਮ ਨੂੰ ਜਗਾਇਆ ਹੈ, ਮੈਂ ਉਹਨਾਂ ਨੂੰ ਦਾਅ ਦਿੰਦਾ ਹਾਂ। ਉਹਨਾਂ ਨੇ ਸਾਰੀ ਕੌਮ ਨੂੰ ਇੱਕ ਬਹੁਤ ਚੰਗੇ ਪੱਧਰ 'ਤੇ ਲਾਇਆ ਹੈ। ਮੈਂ ਬੇਨਤੀ ਕਰਦਾ ਹਾਂ ਸਿੱਖ ਕੌਮ ਨੂੰ ਕਿ ਸਾਰੇ ਇਕੱਠੇ ਹੋ ਕੇ, ਵੱਖਰੇ ਵੱਖਰੇ ਨਾ, ਸਾਰੇ ਇਕੱਠੇ ਹੋ ਕੇ ਹਮਲਾ ਮਾਰੋ। ਉਹਨਾਂ ਨੇ ਇੱਕ ਸਾਨੂੰ ਹਿੰਦੁਸਤਾਨ ਦੇ ਵਿੱਚ ਇਹ ਦੇ ਦਿੱਤਾ ਹੈ ਕਿ ਜਿਹੜੀ ਫਾਂਸੀ ਦੀ ਸਜ਼ਾ ਹੈ ਇਹਨੂੰ ਸਾਰੀ ਨੂੰ ਹਿੰਦੁਸਤਾਨ ਦੇ ਵਿੱਚੋਂ ਰਿਮੂਵ ਕੀਤਾ ਜਾਵੇ। ਇਹ ਇਹਨਾਂ ਤੋਂ ਹੀ ਸ਼ੁਰੂ ਕੀਤਾ ਜਾਵੇ, ਰਾਜੂਆਣਾ ਸਾਹਿਬ ਤੋਂ, ਕਿ ਇਹਨਾਂ ਨੇ ਇਹ ਸਾਨੂੰ ਇੱਕ ਦਾਅ ਦਿੱਤੀ ਹੈ ਕਿ ਇੱਕ ਮੁਹਿੰਮ ਚਲਾ ਕੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਰਿਮੂਵ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਦੋਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਪਰ ਕੰਦੋਲਾ ਸਾਹਿਬ ਕਿਤੇ ਕਿਤੇ ਲੱਗਾ ਕਿ ਆਪਣੇ ਆਪ ਦੇ ਵਿੱਚ ਵੀ ਕੁਛ ਜ਼ਿਆਦਾ ਸਪਸ਼ਟ ਨਹੀਂ। ਇੱਕ ਪਾਸੇ ਕਹਿੰਦੇ ਨੇ ਲੀਡਰ ਹੈ, ਦੂਸਰੇ ਪਾਸੇ ਕਹਿੰਦੇ ਲੀਡਰ ਦੀ ਲੋੜ ਵੀ ਹੈ। ਅਸਲ ਦੇ ਵਿੱਚ ਅਸਿੱਧੇ ਤੌਰ ਪਰ ਕੰਦੋਲਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਮੇਰੇ ਖਿਆਲ ਅਗਰ ਆਪਾਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਜਿਹੜੀ ਵਕਤ ਦਾ ਜਿਨ੍ਹਾਂ ਨੇ ਉਹ ਕਿਹਾ ਕਿ ਅਗਰ ਕੋਈ 5 ਵਾਰੀ ਜਿੱਤਿਆ ਹੈ ਤਾਂ ਕੌਮ ਉਸਨੂੰ ਲੀਡਰ ਮੰਨ ਲਵੇ, ਇਸ ਬਾਰੇ ਮੇਰੇ ਖਿਆਲ ਚਰਨਜੀਤ ਸਿੰਘ ਸੂਜੋ ਸ਼ਾਇਦ ਸਾਨੂੰ ਬਿਹਤਰ ਖਿਆਲ ਦੇ ਸਕਣਗੇ, ਕਿਉਂਕਿ ਸੜਕਾਂ ਬਣਾਉਣੀ ਮੇਰੇ ਖਿਆਲ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਹੈ ਅਗਰ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋ ਗਿਆ ਹੋਵੇ, ਪ੍ਰਾਪਤੀ ਹੈ ਅਗਰ ਕੋਈ ਵਾਕਿਆ ਹੀ ਐਸਾ ਕੰਮ ਹੋਵੇ ਜਿਹੜਾ ਕਿ ਕੌਮੀ ਪੱਖੋਂ ਇੱਕ ਕੌਮ ਨੂੰ ਸੇਧ ਦਿੰਦਾ ਹੋਵੇ, ਕਿਉਂਕਿ ਲੀਡਰ ਦਾ ਮਤਲਬ ਹੁੰਦਾ ਕੌਮ ਨੂੰ ਸੇਧ ਦੇਣੀ। ਚੋਣਾਂ ਜਿੱਤ ਕੇ ਕੋਈ ਵੀ ਲੀਡਰ ਬਣ ਸਕਦਾ, ਚੋਣਾਂ ਜਿੱਤ ਕੇ ਕੋਈ ਵੀ ਆ ਸਕਦਾ, ਚੋਣਾਂ ਜਿੱਤ ਕੇ ਤਾਂ ਕਾਂਗਰਸੀ ਵੀ ਕਈ ਵਾਰ ਆਉਂਦੇ ਰਹੇ ਨੇ। ਮੇਰੇ ਖਿਆਲ ਸੁਜੇ ਸਾਹਿਬ ਤੁਸੀਂ ਇਸ ਬਾਰੇ ਸ਼ਾਇਦ ਬਿਹਤਰ ਸਾਨੂੰ ਗਾਈਡ ਕਰ ਸਕੋ, ਕਿਉਂਕਿ ਤੁਸੀਂ ਪੰਜਾਬ ਦੀ ਧਰਤੀ 'ਤੇ ਆਏ ਹੋ ਔਰ ਤੁਸੀਂ ਉਸ ਲਹਿਰ ਦੇ ਨਾਲ ਵਾਬਸਤਾ ਹੋ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ ਅਤੇ ਸਾਰੇ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ। ਔਰ ਦੂਸਰੀ ਗੱਲ ਆ ਕਿ ਜਿਹੜੇ ਟੌਪਿਕ 'ਤੇ ਅੱਜ ਗੱਲਬਾਤ ਹੋ ਰਹੀ ਹੈ ਕਿ ਕੌਮ ਜਿਹੜੀ ਹੈ ਲੀਡਰਲੈਸ ਹੈ, ਔਰ ਇਸ ਬਾਬਤ ਮੈਂ ਸੁਝਾਅ ਤਾਂ ਨਹੀਂ ਦੇ ਰਿਹਾ ਕਿਉਂਕਿ ਮੈਂ ਇੰਨੇ ਯੋਗਾ ਨਹੀਂ ਹੈਗਾ, ਮੈਂ ਇੱਕ ਬੇਨਤੀ ਜ਼ਰੂਰ ਕਰ ਰਿਹਾ। ਔਰ ਦੂਸਰੀ ਗੱਲ ਆ ਕਿ ਜਿਹੜੀ ਭਾਈ ਸਾਹਿਬ ਨੇ ਦੋ ਗੱਲਾਂ ਕੀਤੀਆਂ ਕਿ ਬਾਦਲ ਸਾਹਿਬ ਜਿਹੜੇ ਸਾਡੇ ਲੀਡਰ ਨੇ ਔਰ ਉਹ 5 ਵਾਰ ਮੁੱਖ ਮੰਤਰੀ ਬਣੇ ਨੇ, ਔਰ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ, ਔਰ ਜਿਵੇਂ ਵੀ ਦੋਵੇਂ ਗੱਲਾਂ ਕੀਤੀਆਂ। ਔਰ ਦੂਸਰੀ ਮੇਰੇ ਵਿਚਾਰ ਆ ਔਰ ਉਹ ਇਹ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਪਹਿਲੀ ਗੱਲ ਆ ਇਲੈਕਸ਼ਨ ਨਹੀਂ ਹੈਗੀ, ਕਿਉਂਕਿ ਸਿੱਖ ਧਰਮ ਦੇ ਵਿੱਚ ਸਿਲੈਕਸ਼ਨ ਆ, 10ਵੇਂ ਪਾਤਸ਼ਾਹ ਨੇ ਸਾਨੂੰ ਸਿਲੈਕਸ਼ਨ ਕੀਤੀ ਹੈ ਸਾਡੀ। ਔਰ ਦੂਸਰੀ ਗੱਲ ਹੈ ਜਿਹੜੇ ਜਥੇਦਾਰ ਸਾਹਿਬ, ਅੱਜ ਬੜੇ ਦੁੱਖ ਦੀ ਗੱਲ ਹੈ ਔਰ ਚਲੋ ਖੁਸ਼ੀ ਦੀ ਵੀ ਵਿੱਚ ਇਹ ਗੱਲ ਹੈ ਕਿ ਉਹਨਾਂ ਨੇ ਬਹੁਤ ਵਧੀਆ ਜਿਹੜਾ ਵਿੱਚ ਸਟੈਂਡ ਲਏ ਆ, ਪਰ ਜਦਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਜਥੇਦਾਰ ਸਾਹਿਬ ਦਾ ਧੰਨਵਾਦ ਕਰਨਾ ਪੈਂਦਾ ਵੀ ਜਥੇਦਾਰ ਸਾਹਿਬ ਜੀ ਤੁਹਾਡਾ ਬਹੁਤ ਵਧੀਆ, ਬਹੁਤ ਧੰਨਵਾਦ, ਤੁਸੀਂ ਬਹੁਤ ਸਖਤ ਸਟੈਂਡ ਲਿਆ। ਪਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਥੇਦਾਰ ਸਾਹਿਬ ਦੀ ਇੱਕ ਫਰਜ਼ ਕੀ ਹੈ, ਉਹਨਾਂ ਦੇ ਉਹਨਾਂ ਨੂੰ ਬਿਠਾਇਆ ਕਿਉਂ ਆਪਾਂ, ਉਹਨਾਂ ਨੇ ਹੋਰ ਕਰਨ ਕੀ, ਉਹਨਾਂ ਦੇ ਕੰਮ ਵੀ ਕੀ ਹੈ, ਉਹਨਾਂ ਨੇ ਜੇਕਰ ਉਹਨਾਂ ਦਾ ਸਾਨੂੰ ਧੰਨਵਾਦ ਹੀ ਕਰਨਾ ਪੈ ਰਿਹਾ ਤਾਂ ਇਸ ਦਾ ਮਤਲਬ ਕੋਈ ਨਾ ਕੋਈ ਮਤਲਬ ਕਿਤੇ ਨਾ ਕਿਤੇ ਕੋਈ ਗੱਲਬਾਤ ਹੈਗੀ ਆ। ਔਰ ਅਸੀਂ ਚਾਹੁੰਦੇ ਹਾਂ ਸਾਡੀਆਂ ਉਹ ਪੰਥਕ ਰਵਾਇਤਾਂ ਪੁਰਾਤਨ ਕਾਇਮ ਹੋਣੀਆਂ ਚਾਹੀਦੀਆਂ, ਜਿਵੇਂ ਕਿ ਸਵਰਤ ਖਾਲਸੇ ਰਾਹੀਂ ਜਥੇਦਾਰ ਸਾਹਿਬ ਦੀ ਚੋਣ ਕੀਤੀ ਜਾਂਦੀ ਸੀ, ਔਰ ਨਾ ਕਿ ਅੱਜ ਕੀ ਹੈ ਕਿ ਇੱਕ ਜਥੇਦਾਰ ਸਾਹਿਬ ਦੀ ਚੋਣ ਕਰਨ ਲਈ ਇੱਕ ਪਾਰਟੀ ਨਹੀਂ, ਇੱਕ ਧੜਾ ਨਹੀਂ, ਇੱਕ ਪਰਿਵਾਰ ਜਿਹੜਾ ਉਹ ਕਰ ਰਿਹਾ ਉਹ ਸਾਰਿਆਂ ਨੂੰ ਆਪ ਜੀ ਨੂੰ ਪਤਾ ਹੀ ਹੈ, ਕਿਉਂਕਿ ਸਰਕਾਰਾਂ ਦਾ ਵੀ ਏਜੰਸੀਆਂ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਲੀਡਰ ਮੰਨ ਲੈਣ ਜਿਹੜੇ ਸਿੱਖ ਸੰਘਰਸ਼ ਵਾਲੇ ਹੈ, ਔਰ ਸੁਖਬੀਰ ਸਿੰਘ ਬਾਦਲ ਨੂੰ ਇਹ ਸਿੱਖ ਸੰਘਰਸ਼ ਦਾ ਲੀਡਰ ਮੰਨ ਲੈਣ। ਇਹ ਸਾਰਾ ਸਰਕਾਰਾਂ ਦਾ ਏਜੰਸੀਆਂ ਦਾ ਜ਼ੋਰ ਲੱਗਾ ਹੋਇਆ, ਔਰ ਅਸੀਂ ਚਾਹੁੰਦੇ ਹਾਂ ਕਿ ਪੰਥਕ ਰਵਾਇਤਾਂ ਰਾਹੀਂ ਸਰਬੱਤ ਖਾਲਸਾ ਜਿਹੜੀ ਉਹਦੀ ਚੋਣ ਕੀਤੀ ਜਾਵੇ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਜਥੇਦਾਰ ਸਾਹਿਬ ਦੀ ਚੋਣ ਜਿਹੜੀ ਆ ਉਹ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ। ਸਰਬੱਤ ਖਾਲਸੇ ਰਾਹੀਂ ਅੱਜ ਸਮਾਂ ਮੰਗ ਕਰਦਾ ਹੈ ਕਿ ਸਰਬੱਤ ਖਾਲਸੇ ਦੀ ਚੋਣ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ।
ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਜਥੇਦਾਰ ਬਦੰਤੀ ਸਾਹਿਬ ਸੀਗੇ, ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਦੋ ਤਿੰਨ ਮਸਲੇ ਜਿਹੜੇ ਹੋਏ ਆ, ਚਾਹੇ ਬਾਬਾ ਧਰਮਵੰਤ ਸਿੰਘ ਵਾਲਾ ਹੋਇਆ, ਹੋਰ ਇੱਕ ਦੋ ਹੈਗੇ ਆ, ਔਰ ਜਿਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਵੇਂ ਫੈਸਲੇ ਲਏ, ਸਾਰਿਆਂ ਨੂੰ ਪਤਾ ਹੈ ਕਿ ਉਸ ਵੇਲੇ ਅਸੀਂ ਕਹਿੰਦੇ ਸੀ ਕਿ ਇਹਨਾਂ ਦੀ ਜਗ੍ਹਾ ਕੋਈ ਹੋਰ ਆ ਜਾਏ, ਔਰ ਉਸ ਤੋਂ ਬਾਅਦ ਸਿੰਘ ਜਥੇਦਾਰ ਸਾਹਿਬ ਸਤਿਕਾਰਯੋਗ ਮਹਾਨ ਹਸਤੀ ਹੈ, ਉਹਨਾਂ ਦਾ ਰੁਤਬਾ ਬਹੁਤ ਉੱਚਾ ਹੈ, ਔਰ ਉਸ ਤੋਂ ਬਾਅਦ ਸਿੰਘ ਸਾਹਿਬ ਗ੍ਰਹਿਣੀ ਗੁਰਬਚਨ ਸਿੰਘ ਜੀ ਆ ਗਏ, ਔਰ ਉਸ ਵੇਲੇ ਦੇਖੋ ਉਹਨਾਂ ਤੋਂ ਸਰਕਾਰਾਂ ਨੇ, ਉਹਨਾਂ ਤੋਂ ਇਹਨਾਂ ਨੇ ਆਪਣੇ ਇੱਕ ਧੜੇ ਨੇ, ਅਕਾਲੀ ਧੜੇ ਨੇ ਇਹੋ ਜਿਹੇ ਹੁਕਮਨਾਮੇ ਜਾਰੀ ਕਰਵਾਏ ਆ, ਇਹੋ ਜਿਹੀ ਗੱਲਬਾਤ ਹੋਈ ਆ ਕਿ ਤੁਸੀਂ ਦੇਖੋ ਸਾਨੂੰ ਇਹ ਕਹਿਣਾ ਪੈ ਰਿਹਾ ਵੀ ਇਹਨਾਂ ਨਾਲੋਂ ਤਾਂ ਬਦੰਤੀ ਸਾਹਿਬ ਜਿਹੜੇ ਬਹੁਤ ਵਧੀਆ ਸੀ, ਔਰ ਇਸ ਤੋਂ ਬਾਅਦ ਵੀ ਉਹਨਾਂ ਨੇ ਉਹ ਜਥੇਦਾਰ ਸਾਹਿਬ ਜਿਹੜੇ ਕਿ ਉਹਨਾਂ ਦੇ ਲਿਫਾਫੇ 'ਚੋਂ ਨਿਕਲਦੇ ਨੇ, ਉਹਨਾਂ ਦੇ ਕਹਿਣੇ ਕਾਰ ਉਹ ਲੈ ਕੇ ਆਉਣਗੇ, ਸਾਨੂੰ ਇਹ ਕਹਿਣਾ ਪਊਗਾ ਯਾਰ ਇਹਨਾਂ ਤੋਂ ਇਹਨਾਂ ਨਾਲੋਂ ਤਾਂ ਗੁਰਬਚਨ ਸਿੰਘ ਜਿਹੜੇ ਸੀਗੇ ਉਹ ਵਧੀਆ ਫੈਸਲਾ ਲੈਂਦੇ ਸੀ, ਕਿਉਂਕਿ ਦਿਨ ਪਰ ਦਿਨ ਜਿਹੜੇ ਆ ਆਪ ਜੀ ਨੂੰ ਪਤਾ ਵੀ ਕਿਵੇਂ ਫੈਸਲੇ ਲਏ ਜਾ ਰਹੇ ਆ, ਠੀਕ ਆ, ਕੁਛ ਉਹਨਾਂ ਨੇ ਵਧੀਆ ਕੰਮ ਵੀ ਕਰ ਰਹੇ ਆ, ਔਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਜਿਹੜਾ ਜਿਹੜੀ ਕੌਮ ਜਿਹੜੀ ਲੀਡਰਲੈਸ ਹੈ ਇਹ ਹਰ ਇੱਕ ਸਾਰਿਆਂ ਨੂੰ ਪਤਾ ਆ, ਕਿਉਂਕਿ ਲਹਿਰਾਂ 'ਚੋਂ ਜਿਹੜਾ ਲਿਟਰੇਚਰ 'ਚੋਂ ਲਹਿਰਾਂ ਨਿਕਲਦੀਆਂ ਔਰ ਲਹਿਰਾਂ 'ਚੋਂ ਲੀਡਰ ਨਿਕਲਦੇ ਆ, ਔਰ ਇਸ ਕਰਕੇ ਸਾਨੂੰ ਸਰਬੱਤ ਖਾਲਸੇ ਦੀ ਪਹਿਲਾਂ ਸਭ ਤੋਂ ਪਹਿਲਾਂ ਬਹੁਤ ਸਖਤ ਲੋੜ ਹੈ, ਜਿਹਦੇ ਕਰਕੇ ਸਾਡੇ ਜਿਹੜੇ ਆ ਪੰਥਕ ਫੈਸਲੇ ਆ, ਪੰਥਕ ਰਵਾਇਤਾਂ ਜਿਹੜੀਆਂ ਉਹ ਕਾਇਮ ਹੋਣੀਆਂ ਚਾਹੀਦੀਆਂ, ਔਰ ਦੂਸਰੀ ਗੱਲ ਹੈ ਜੇਕਰ ਕਿਸੇ ਕਾਰਨ ਕਰਕੇ ਜਥੇਦਾਰ ਸਾਹਿਬ ਦਾ ਅਹੁਦਾ ਉਹਨਾਂ ਨੂੰ ਆਪਾਂ ਨੂੰ ਫਰਜ਼ ਕਰਨਾ ਪਵੇ, ਉਹਨਾਂ ਨੂੰ ਘਰ ਵੀ ਬਿਠਾਉਣਾ ਪਵੇ, ਬੜੇ ਸਤਿਕਾਰ ਨਾਲ ਸਾਨੂੰ ਬਿਠਾਉਣਾ ਚਾਹੀਦਾ ਹੈ, ਔਰ ਉਸਦੀ ਪੈਨਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਜਥੇਦਾਰ ਸਾਹਿਬ ਦਾ, ਉਸਦੇ ਘਰ ਦਾ ਪ੍ਰਬੰਧ ਹੋਣਾ ਚਾਹੀਦਾ, ਉਸਦਾ ਜੋ ਵੀ ਇਹ ਤੋਂ ਜੱਟ ਉਹਦਾ ਖਰਚਾ ਕਰਦਾ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਆਪਾਂ ਨੂੰ ਫਾਰਗ ਕਰਨਾ ਚਾਹੀਦਾ, ਤਾਂ ਕਿ ਕੱਲ੍ਹ ਨੂੰ ਇਹ ਨਾ ਹੋ ਸਕੇ ਕਿ ਅੱਜ ਸਾਡੇ ਕੌਮ ਦੇ ਜਥੇਦਾਰ ਸੀ ਕੱਲ੍ਹ ਨੂੰ ਕਿਸੇ ਗੁਰਦੁਆਰੇ ਦੇ ਗ੍ਰੰਥੀ ਲੱਗ ਰਹੇ ਲੱਗੇ ਹਨ। ਸੋ ਇਸ ਕਰਕੇ ਆਪਾਂ ਨੂੰ ਜਿਹੜੀ ਲੋੜ ਹੈ ਅੱਜ ਪੰਥਕ ਲੀਡਰ ਦੀ ਬਹੁਤ ਲੋੜ ਹੈ, ਔਰ ਪੰਥਕ ਲੀਡਰ ਆਪ ਸਾਰਿਆਂ ਨੇ ਇਹ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਸਰਬੱਤ ਖਾਲਸਾ ਜਿਹੜਾ ਉਹ ਸੱਦਣਾ ਚਾਹੀਦਾ ਹੈ, ਔਰ ਜਿਹਦੇ ਵਿੱਚ ਸਿੱਖ ਵਿਦਵਾਨ ਵੀ ਹੋਣ, ਔਰ ਸੂਝਵਾਨ ਜਿਹਦੇ 'ਚ ਸੰਘਰਸ਼ ਕਰਨ ਵਾਲੇ ਸਰਦਾਰ ਸਿਮਰਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ ਔਰ ਦਲ ਖਾਲਸਾ ਔਰ ਹੋਰ ਵੀ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਔਰ ਸਾਰਿਆਂ ਨੂੰ ਸੱਦ ਕੇ, ਔਰ ਉਸ ਤੋਂ ਬਾਅਦ ਪਹਿਲਾਂ ਇਹਨਾਂ ਦੀ ਮੀਟਿੰਗ ਹੋਵੇ, ਉਸ ਤੋਂ ਬਾਅਦ ਸਰਬੱਤ ਖਾਲਸੇ ਦੀ ਜਿਹੜੀ ਕਾਲ ਕਰਨੀ ਚਾਹੀਦੀ ਹੈ, ਔਰ ਉਸ ਤੋਂ ਬਾਅਦ ਹਰ ਇੱਕ ਹਫ਼ਤੇ ਬਾਅਦ ਜਾਂ ਦਸਾਂ ਦਿਨਾਂ ਬਾਅਦ ਮੀਟਿੰਗ ਰੱਖ ਕੇ, ਔਰ ਉਸ ਤੋਂ ਬਾਅਦ ਸਰਬੱਤ ਖਾਲਸੇ ਦੀ ਚੋਣ ਕਰਕੇ ਇੱਕ ਜਿਹੜਾ ਸਿੱਖ ਕੌਮ ਨੂੰ ਲੀਡਰ ਜਿਹੜਾ ਉਸ ਦੀ ਬਹੁਤ ਲੋੜ ਹੈ, ਔਰ ਉਸ ਤੋਂ ਪਹਿਲਾਂ ਸਾਨੂੰ ਇੱਕ ਜਥੇਦਾਰ ਸਾਹਿਬ ਦੇ ਜਿਹੜੇ ਨਿਰਪੱਖ ਹੋਣ ਔਰ ਜਿਨ੍ਹਾਂ ਦੇ ਕਿਸੇ ਵੀ ਸਰਕਾਰ ਦਾ ਔਰ ਕਿਸੇ ਵੀ ਧੜੇ ਦਾ ਉਸਦੇ ਉੱਤੇ ਕੋਈ ਕੁੰਡਾ ਨਾ ਹੋਵੇ, ਕਿ ਉਹ ਤਾਂ ਕਿ ਉਹ ਆਪਣੇ ਸਿਰਫ ਕੰਟਰੋਲ 'ਚ ਰੱਖ ਲੈਣ ਕਿ ਜਦੋਂ ਮਰਜ਼ੀ ਉਹ ਚਾਹੁਣ ਉਹਨਾਂ ਨੂੰ ਬਿਠਾ ਦੇਣ ਘਰ 'ਤੇ, ਜਦੋਂ ਮਰਜ਼ੀ ਚਾਹੁਣ ਅਤੇ ਉਹਨਾਂ ਨੂੰ ਜਥੇਦਾਰ ਸਾਹਿਬ ਲਗਾ ਦੇਣ, ਜਿਵੇਂ ਕਿ ਬਦੰਤੀ ਸਾਹਿਬ ਨਾਲ ਹੋਇਆ ਜੀ। ਬਹੁਤ ਅੱਛਾ ਲੱਗਾ ਜਿਹੜੀ ਵਿਚਾਰ ਕੀਤੀ ਸਤਿਕਾਰਯੋਗ ਚਰਨਜੀਤ ਸਿੰਘ ਜੀ ਸੁੱਜੋ ਹੋਣਾ ਨੇ, ਕੰਦੋਲਾ ਸਾਹਿਬ ਔਰ ਚਰਨਜੀਤ ਸਿੰਘ ਜੀ ਸੁੱਜੋ ਹੋਣਾ ਤੋਂ ਬਾਅਦ ਮੈਂ ਬਲਵੀਰ ਸਿੰਘ ਬੈਂਸੁੜਾ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਇਹ ਦੱਸਣ ਘੱਟੋ ਘੱਟ, ਕਿਉਂਕਿ ਆਪਾਂ ਲੀਡਰਲੈਸ ਕੌਮ ਤਾਂ ਹੈ, ਇਸ ਮੁੱਦੇ ਤੱਕ ਤਾਂ ਆਪਾਂ ਅਪੜਦੇ ਹਾਂ ਜਾਂ ਪਹੁੰਚਦੇ ਹਾਂ, ਇਹ ਤਾਂ ਸਾਡਾ ਜਿਹੜਾ ਅੱਜ ਦੇ ਬਾਕੀ ਦੇ ਜਿਵੇਂ ਅੰਮ੍ਰਿਤਸਰ ਸਾਹਿਬ ਬੈਠੇ ਨੇ, ਬਰਮਿੰਘਮ ਬੈਠੇ ਨੇ, ਸਾਰੇ ਹੀ ਜਗ੍ਹਾ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਹੀ, ਪਰ ਲੀਡਰ ਜੋ ਸੁੱਜੋ ਸਾਹਿਬ ਨੇ ਦੱਸਿਆ ਹੈ ਕਿ ਲੀਡਰਲੈਸ ਕੌਮ ਹੈ, ਉਸਦੇ ਲਈ ਹੱਲ ਇਹ ਹੈ ਕਿ ਸਰਬੱਤ ਖਾਲਸਾ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਡਿਸਾਈਡ ਕਰੇ ਔਰ ਉਸ ਤੋਂ ਬਾਅਦ ਇੱਕ ਲੀਡਰ ਚੁਣਿਆ ਜਾਏ। ਬਲਵੀਰ ਸਿੰਘ ਜੀ ਬੈਂਸ ਸਾਹਿਬ, ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਤੁਸੀਂ ਇਸ ਗੱਲ ਨਾਲ ਪਹਿਲਾਂ ਤਾਂ ਸਹਿਮਤ ਹੋ ਕਿ ਕੌਮ ਲੀਡਰਲੈਸ ਹੈ? ਕਿਸੇ ਹੱਦ ਤੱਕ ਮੈਂ ਸਹਿਮਤ ਵੀ ਹਾਂ, ਕਿਸੇ ਹੱਦ ਤੱਕ ਮੈਂ ਨਹੀਂ ਵੀ ਸਹਿਮਤ। ਮੇਰੇ ਕੁਛ ਵਿਚਾਰ ਜੋ ਹਨ ਉਹ ਥੋੜ੍ਹੇ ਜਿਹਾ ਡਿਫਰ ਕਰਦੇ ਹਨ ਇਹਨਾਂ ਨਾਲੋਂ। ਜਦੋਂ ਅਸੀਂ ਇਹ ਔਰਗਨਾਈਜੇਸ਼ਨ ਸ਼ੁਰੂਆਤ ਕੀਤੀ ਹੈ, ਸਿੱਖ ਔਰਗਨਾਈਜੇਸ਼ਨ ਫੋਰ ਪ੍ਰਿਜ਼ਨਰਸ ਵੈਲਫੇਅਰ, ਉਹਦੇ ਵਿੱਚ ਅਸੀਂ ਕੁਛ ਮੁੱਦੇ ਇਹੋ ਜਿਹੇ ਵਿਚਾਰੇ ਸਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਐਗਜ਼ੈਕਟਲੀ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਵਿਚਾਰ ਕਰਨਾ ਪੈਣਾ ਹੈ, ਔਰ ਅਸੀਂ ਕਰ ਵੀ ਰਹੇ ਹਾਂ। ਦੇਖੋ, ਜਿਹੜਾ ਆਪਾਂ ਲੀਡਰ ਦੀ ਗੱਲ ਕਰਦੇ ਹਾਂ, ਇੱਕ ਤਾਂ ਇਹ ਗੱਲ ਸਹੀ ਹੈ, ਕੁਛ ਲੀਡਰ ਲਹਿਰਾਂ ਪੈਦਾ ਕਰਦੀਆਂ ਨੇ, ਉਹ ਨੇਚਰ ਪੈਦਾ ਕਰਦੀ ਆ, ਕੁਛ ਲੀਡਰ ਸਾਨੂੰ ਬਣਾਉਣੇ ਵੀ ਪੈਂਦੇ ਨੇ, ਉਹਨਾਂ 'ਤੇ ਮਿਹਨਤ ਵੀ ਕਰਨੀ ਪੈਂਦੀ ਆ, ਉਹਨਾਂ ਨੂੰ ਉੱਥੇ ਤੱਕ ਲਿਜਾਣਾ ਵੀ ਪੈਂਦਾ ਹੈ। ਮੈਂ ਨੈਨਸਲ ਮੈਂਡੇਲਾ ਦੀ ਇੱਕ ਗੁੱਡ ਐਗਜ਼ਾਮਪਲ ਦਿਆਂਗਾ। 27 ਸਾਲ ਦੀ ਉਮਰ ਕੈਦ ਦੇ ਦੌਰਾਨ ਉਹ ਸਿਰਫ ਇੱਕ ਉਮਰ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਉਹਨਾਂ ਨੇ ਇੱਕ ਸਿਰਫ ਉਮਰ ਕੈਦ ਹੀ ਨਹੀਂ ਕੱਟੀ, ਜੇ ਉਮਰ ਕੈਦ ਦੇ ਮੁੱਦੇ ਦੇ ਉੱਤੇ ਕਿਸੇ ਨੂੰ ਲੀਡਰ ਬਣਾਇਆ, ਸ਼ਾਇਦ ਉਹਨਾਂ ਤੋਂ ਜ਼ਿਆਦਾ ਕਿਸੇ ਸਪੈਨਿਸ਼ ਪੋਲੀਟੀਕਲ ਲੀਡਰ ਨੇ 34 ਸਾਲ ਕੱਟੀ ਆ, ਕਿਸੇ ਹੋਰ ਮੁਲਕ ਦੇ ਪੋਲੀਟੀਕਲ ਲੀਡਰ ਨੇ ਉਹਨਾਂ ਤੋਂ ਵੀ ਜ਼ਿਆਦਾ ਸ਼ਾਇਦ ਕੱਟੀ ਹੋਵੇ। ਲੇਕਿਨ ਨੈਨਸਲ ਮੈਂਡੇਲਾ ਦੀ ਇੱਕ ਖੂਬੀਅਤ ਹੈ, ਜਦੋਂ ਉਹਨਾਂ ਨੇ ਉੱਥੇ ਜੇਲ੍ਹ ਕੱਟੀ ਹੈ 27 ਸਾਲ, ਉਹਨਾਂ ਨੇ ਆਪਣਾ ਟਾਈਮ ਕਿਲ ਨਹੀਂ ਕੀਤਾ, ਵੇਸਟ ਨਹੀਂ ਕੀਤਾ, ਉਹਨਾਂ ਨੇ ਉਸ ਟਾਈਮ ਦੇ ਦੌਰਾਨ 2 ਮਾਸਟਰ ਡਿਗਰੀਜ਼ ਇਨ ਲਾਅ ਕੀਤੀਆਂ।
ਜਿਹੜਾ ਮੁੱਦਾ ਅਸੀਂ ਲੈ ਕੇ ਚੱਲੇ ਹਾਂ, ਜਿਹੜਾ ਅਸੀਂ ਆਪਣੀ ਔਰਗਨਾਈਜੇਸ਼ਨ ਵੱਲੋਂ ਇਹ ਸੋਚਦੇ ਸਮਝਦੇ ਹਾਂ, ਬਹੁਤ ਜ਼ਰੂਰੀ ਹੈ। ਇਹ ਸਮਾਂ ਕੌਮ 'ਤੇ ਆਉਂਦਾ ਹੈ ਅਤੇ ਕੌਮ ਇੱਕ ਲੀਡਰ ਪੈਦਾ ਕਰਦੀਆਂ ਹਨ, ਲੇਕਿਨ ਉਹ ਅਸੀਂ ਉਹਨੂੰ ਚੈਨਲਾਈਜ਼ ਨਹੀਂ ਕਰਦੇ, ਅਸੀਂ ਸੰਭਾਲਦੇ ਨਹੀਂ ਹੈ। ਜਿਹੜੇ ਇਹ ਆਪਣੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਹਨ, ਇਹ ਕਿਸੇ ਹੱਦ ਤੱਕ ਉਸ ਲੈਵਲ 'ਤੇ ਆਏ ਹਨ ਜਿੱਥੇ ਉਹ ਸਿੱਖ ਕੌਮ ਦੇ ਇੰਟਰਸਟ ਨੂੰ ਸਮਝਦੇ ਹਨ, ਉਹਦੇ ਉਹਨਾਂ ਦੇ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਜੋ ਹਨ ਉਹ ਸਪੱਸ਼ਟ ਹਨ, ਵੀ ਉਹ ਦ੍ਰਿੜ ਹਨ, ਉਹ ਚਾਹੁੰਦੇ ਹਨ ਉਹਨਾਂ ਦੇ ਸਿੱਖ ਪੰਥ ਦੇ ਜੋ ਹਾਲਾਤ ਹਨ ਉਹ ਚੰਗੇ ਨਿਕਲਣ। ਹੁਣ ਗੱਲ ਇਹ ਹੈਗੀ ਆ ਵੀ ਕੀ ਉਹਦੇ ਵਿੱਚੋਂ ਅਸੀਂ ਆਈਡੈਂਟੀਫਾਈ ਕਰਨੇ ਹੈ ਕਿ ਨਹੀਂ ਕਰਨਾ ਹੈ, ਵੀ ਜਿਹੜੇ ਉਹ ਪ੍ਰਿਜ਼ਨਰ ਹਨ ਉਹ ਕੁਆਲਿਟੀ ਰੱਖਦੇ ਹਨ ਲੀਡਰਸ਼ਿਪ ਦੀ ਕਿ ਨਹੀਂ। ਇਹ ਬਹੁਤ ਜ਼ਰੂਰੀ ਮੁੱਦਾ ਹੈ ਉਹਨਾਂ ਦੇ ਵਿੱਚ, ਜਿੰਨੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਹਿੰਦੁਸਤਾਨ ਦੀਆਂ ਜੇਲ੍ਹਾਂ ਵਿੱਚ ਹਨ, ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਵੀ ਉਹਨਾਂ ਵਿੱਚ ਕਿਹੜੇ ਸਾਡੇ ਪ੍ਰਿਜ਼ਨਰ ਹਨ ਜਿਹੜੇ ਪੋਲੀਟੀਕਲ ਵੇਟ ਕੈਰੀ ਕਰ ਸਕਦੇ ਹਨ ਔਰ ਕੌਮ ਨੂੰ ਅੱਗੇ ਲੈ ਜਾ, ਕਿਉਂਕਿ ਉਹ ਆਲਰੇਡੀ ਇੱਕ ਸਟੈਪ ਅੱਗੇ ਆ ਚੁੱਕੇ ਹਨ ਬਾਕੀ ਲੀਡਰਾਂ ਦੇ ਨਾਲੋਂ। ਕਿਉਂਕਿ ਬਾਕੀ ਲੀਡਰਾਂ ਦਾ ਡਿਫਰ ਇੱਥੇ ਇਹ ਕਰਦਾ ਹੈਗਾ ਵੀ ਉਹਨਾਂ ਦਾ ਸੈਲਫ ਇੰਟਰਸਟ ਹੁੰਦਾ ਹੈ, ਉਹਨਾਂ ਦੀ ਆਪਣੀ ਔਰਗਨਾਈਜੇਸ਼ਨ ਦਾ ਇੰਟਰਸਟ ਹੁੰਦਾ ਹੈ। ਸੋ ਉਹਨਾਂ ਦੇ ਕਈ ਮੁੱਦੇ ਹੁੰਦੇ ਹਨ ਜਿਹੜੇ ਅਸੀਂ ਸਾਨੂੰ ਘਾਤਕ ਹੋ ਸਕਦੇ ਹਨ, ਪਰ ਕਿਉਂਕਿ ਇਹ ਕੁਰਬਾਨੀ ਦੇ ਰਾਹ 'ਤੇ ਚੱਲੇ ਹਨ, ਇਹਨਾਂ ਨੇ ਬਹੁਤ ਕੁਛ ਤਿਆਗਿਆ ਹੁੰਦਾ, ਸੈਲਫ ਇੰਟਰਸਟ ਵੀ ਤਿਆਗਿਆ ਹੁੰਦਾ, ਜਥੇਬੰਦਕ ਇੰਟਰਸਟ ਵੀ ਤਿਆਗਿਆ ਹੁੰਦਾ, ਇਸ ਕਰਕੇ ਇਹਨਾਂ 'ਤੇ ਥੋੜ੍ਹਾ ਜ਼ਿਆਦਾ ਭਰੋਸਾ ਕੀਤਾ ਜਾ ਸਕਦਾ। ਪਰ ਇੱਕੋ ਗੱਲ ਹੈਗੀ ਆ, ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅੱਗੇ ਤੋਰਨਾ। ਉਹਦੇ ਵਿੱਚ ਅਸੀਂ ਪਿਛਲੇ ਦਿਨੀ ਇੱਕ ਮਹਿਮ ਪ੍ਰਿਜ਼ਨਾਂ ਦੇ ਨਾਲ ਤੋਰੀ ਹੈ ਔਰ ਉਹਨਾਂ ਨੂੰ ਖਾਸ ਹਦਾਇਤ ਕੀਤੀ ਹੈ ਵੀ ਤੁਸੀਂ ਇੱਕ ਐਜੂਕੇਸ਼ਨ ਜਿਹੜੀ ਹੈਗੀ ਆ ਅੰਦਰ ਬੈਠ ਕੇ ਸ਼ੁਰੂ ਕਰੋ। ਜਿਹੜੀ ਸਾਡੀ ਔਰਗਨਾਈਜੇਸ਼ਨ ਹੈ SOPW, ਉਹਨੇ ਇਨਕਰੇਜ ਕੀਤਾ ਹੈ ਵੀ ਵੱਧ ਤੋਂ ਵੱਧ ਪੋਲੀਟੀਕਲ ਸਾਇੰਸ LLB ਜਾਂ ਇੱਦਾਂ ਦੇ ਜਿਹੜੇ ਕੋਰਸਿਸ ਹਨ ਉਹ ਕਰਨ, ਤਾਂ ਕਿ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੇਪਰ ਕਿਹੜੇ ਪੜ੍ਹਦੇ ਹੋ, ਬੜੀ ਹੈਰਾਨਗੀ ਦੀ ਗੱਲ ਹੈ ਵੀ ਉਹਨਾਂ ਨੂੰ ਆਮ ਪੇਪਰ ਪੜ੍ਹਨ ਨੂੰ ਮਿਲਦੇ ਹਨ ਜੀ, ਉਹਨਾਂ ਨੂੰ ਆਮ ਮੈਗਜ਼ੀਨਾਂ ਮਿਲਦੀਆਂ ਹਨ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਹਿੰਦੁਸਤਾਨ ਟਾਈਮ ਪੜ੍ਹੋ, ਤੁਸੀਂ ਇੰਡੀਆ ਟੂਡੇ ਪੜ੍ਹੋ, ਤੁਹਾਨੂੰ ਜੇ ਦੇਖੋ ਜੇ ਆਪਾਂ ਲੀਡਰ ਚੁਣਨਾ ਹੈ ਉਹਦੇ ਪ੍ਰੋਸੀਜਰ ਹੁੰਦੇ ਹਨ ਜੀ। ਬਲਬੀਰ ਸਿੰਘ ਜੀ, ਆਪਾਂ ਮੈਂ ਤੁਹਾਡੇ ਕੋਲ ਫਿਰ ਦੁਬਾਰਾ ਆਉਣਾ, ਤੁਸੀਂ ਜਿਹੜੀ ਗੱਲ ਕੀਤੀ ਉਹ ਪ੍ਰਿਜ਼ਨਸ ਦੀ ਕੀਤੀ, ਆਪਾਂ ਅਮ੍ਰਿਤ ਹੁਣਾਂ ਨੂੰ ਟਾਈਮ ਦੀ, ਕਿਉਂਕਿ ਸਾਡੀ ਇਸ ਤੋਂ ਬਾਅਦ ਅਗਲੀ ਜਿਹੜੀ ਟੀਮ ਹੈ ਉਹ ਬਰਮਿੰਗਮ ਜਾ ਰਹੀ ਹੈ, ਫਿਰ ਸਾਨੂੰ ਜਦੋਂ ਦੁਬਾਰਾ ਵਾਰੀ ਆਏਗੀ ਮੈਂ ਆਪ ਜੀ ਦੀ ਇਸ ਗੱਲ ਨੂੰ ਕੰਟੀਨਿਊ ਕਰਾਂਗਾ। ਪਰ ਮੇਨ ਆਧਾਰ ਜਾਂ ਮੇਨ ਗੱਲ ਜਿਹੜੀ ਬਲਬੀਰ ਸਿੰਘ ਸਾਹਿਬ ਨੇ ਕੀਤੀ ਕਿ ਕੁਰਬਾਨੀ ਦੀ ਰਾਹ ਅਪਣਾਉਣ ਵਾਲੇ ਜਿਹੜੇ ਲੀਡਰ ਨੇ ਉਹ ਇੱਕ ਕਦਮ ਆਲਰੇਡੀ ਅੱਗੇ ਵੱਧ ਚੁੱਕੇ ਨੇ ਔਰ ਉਹਨਾਂ ਨੂੰ ਆਈਡੈਂਟੀਫਾਈ ਕਰਨ ਦੀ ਲੋੜ ਹੈ। ਇਹਨਾਂ ਸਾਰੀਆਂ ਗੱਲਾਂ ਦੇ ਨਿਚੋੜ ਵਜੋਂ ਅਮ੍ਰਿਤ ਜੀ ਤੁਸੀਂ ਕੀ ਸੋਚਦੇ ਹੋ? ਅਮ੍ਰਿਤ ਜੀ, ਅੰਮ੍ਰਿਤਪਾਲ ਸਿੰਘ ਜੀ ਮਾਨ ਸਾਹਿਬ ਜਿਹੜੇ ਕਿ ਮੇਅਰ ਨੇ ਲੰਡਨ ਬਾਰੋਂ ਫੌਂਸਲ ਦੇ ਜੀ, ਅਮ੍ਰਿਤ ਜੀ ਆਪ ਜੀ ਦਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਡਾਕਟਰ ਸਾਹਿਬ, ਗੱਲ ਹੈਗੀ ਕਿ ਨਾ ਜਿਹੜੇ ਲੀਡਰ ਹੈਗੇ, ਸ਼ੇਕਸਪੀਅਰ ਲਿਖਦਾ ਹੈਗਾ, ਸਮ ਆ ਬੋਰਨ ਗ੍ਰੇਟ, ਸਮ ਅਚੀਵ ਗ੍ਰੇਟਨੈਸ ਐਂਡ ਸਮ ਹੈਵ ਗ੍ਰੇਟਨੈਸ ਥ੍ਰਸਟ ਅਪੋਨ ਦਮ। ਜਿਹੜੇ ਸਾਡੇ ਸਿੱਖ ਲੀਡਰ ਹੈਗੇ, ਆਪਾਂ ਪਾਸ ਦੇ ਲੈ ਲਓ ਅਤੇ ਹੁਣ ਤੱਕ ਵੀ ਲੈ ਲਓ, ਉਹ ਵਕਤ ਵਕਤ ਦੀਆਂ ਸਰਕਾਰਾਂ ਦੇ ਨਾਲ ਉਹਨਾਂ ਦਾ ਟੱਕਰ ਲੱਗਦੀ ਰਹੀ ਆ ਅਤੇ ਉਹ ਜਿਹੜੀਆਂ ਗਵਰਨਮੈਂਟਾਂ ਹੈਗੀਆਂ ਉਹਨਾਂ ਨੇ ਜਾਂ ਤਾਂ ਉਹਨਾਂ ਨੂੰ ਖਰੀਦਿਆ ਜਾਂਦਾ, ਕੋਈ ਗਵਰਨਮੈਂਟ ਕਹਿੰਦਾ ਤਿੰਨ ਤਰੀਕੇ ਵਰਤਦੀ ਆ, ਇੱਕ ਤਾਂ ਹੈਗਾ ਖਰੀਦਣ ਦਾ, ਜੇ ਉਹ ਖਰੀਦ ਨਹੀਂ ਸਕਦੀ ਉਹਨਾਂ ਨੂੰ ਫਿਰ ਉਹਨਾਂ ਨੂੰ ਮਾਰ ਦਿੰਦੀ ਆ, ਜੇ ਉਹ ਮਾਰ ਨਹੀਂ ਸਕਦੀ ਫਿਰ ਉਹਨਾਂ ਦੀ ਕੈਰੈਕਟਰ ਅਸੈਸੀਨੇਸ਼ਨ ਕਰਦੀ ਆ, ਹੋਰ ਵੀ ਕੋਈ ਕਿਸੇ ਨੇ ਟੈਕਸ ਨਹੀਂ ਭਰਿਆ, ਕਿਸੇ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਸੋ ਉਹਨਾਂ ਨੂੰ ਉਹਦੀ ਜਿਹੜੀ ਕ੍ਰੈਡੀਬਿਲਿਟੀ ਹੈਗੀ ਉਹ ਡਿਸਟਰੋਏ ਕਰਦੀ ਆ। ਜੇ ਆਪਾਂ ਆਪਣੇ ਕਹਿੰਦਾ ਲੀਡਰਸ਼ਿਪ ਨੂੰ ਦੇਖੀਏ 1947 ਤੋਂ ਹੁਣ ਤੱਕ, ਉਹ ਲੀਡਰਸ਼ਿਪ ਕੀ ਆਪਾਂ ਕਹਿ ਸਕਦੇ ਵੀ ਵੈਸੇ ਉਹ ਸਿੱਖ ਨੇ ਜਾਂ ਉਹ ਸਾਡੇ ਪੋਲੀਟੀਕਲ ਲੀਡਰਸ਼ਿਪ ਨੇ, ਨਾ ਕਿ ਸਾਡੇ ਧਾਰਮਿਕ। ਆਪਾਂ ਉਹਨਾਂ ਨੂੰ ਹਾਂ ਮੰਨ ਸਕਦੇ ਵੀ ਪੋਲੀਟੀਕਲ ਲੀਡਰਸ਼ਿਪ ਨੇ, ਪਰ ਰਿਲੀਜੀਅਸ ਤੌਰ 'ਤੇ ਕੋਈ ਵੀ ਅੱਜ ਤੱਕ ਜਿਹੜਾ ਚੀਫ ਮਿਨਿਸਟਰ ਬਣਿਆ ਹੈਗਾ ਉਹ ਸਿੱਖ ਜਿਹੜੀ ਜ਼ਿੰਮੇਵਾਰੀਆਂ ਜਾਂ ਸਿੱਖ ਕਹਿ ਲਓ ਵੀ ਰਿਸਪੋਂਸੀਬਿਲਿਟੀਜ਼ ਉਹ ਗਾਹਾਂ ਨਹੀਂ ਲੈ ਕੇ ਗਏ। ਉਹ ਆਪਣੀ ਪੋਲੀਟੀਕਲ ਗੇਮ ਖੇਡ ਗਏ, ਆ ਗਏ ਪੰਜਾਬ ਲਈ ਮਾੜਾ ਮੋਟਾ ਕੁਛ ਕਰ ਗਏ, ਪਰ ਆਮ ਉਹਨਾਂ ਦਾ ਸੈਲਫ ਮੋਟੀਵੇਸ਼ਨ ਸੈਲਫ ਇੰਟਰਸਟ ਸੀਗਾ, ਮਤਲਬ ਸਿੱਖੀ ਪ੍ਰਤੀ ਜਿਹੜੀ ਜ਼ਿੰਮੇਵਾਰੀ ਸੀ ਉਹ ਨੂੰ, ਹਾਂਜੀ ਉਹ ਨਹੀਂ ਨਿਭਾਈ, ਰਾਈਟ ਜੀ। ਅਤੇ ਆਪਾਂ ਜੇ ਗਾਹਾਂ ਕੁਛ ਸਿੱਖਾਂ ਅਤੇ ਸਿੱਖਾਂ ਦੇ ਉੱਪਰ ਲੈਣਾ ਅਤੇ ਸਿੱਖ ਲੀਡਰਸ਼ਿਪ ਲੈਣੀ ਹੈਗੀ ਉਹ ਸਾਨੂੰ ਰਿਲੀਜੀਅਸ ਤੌਰ 'ਤੇ ਡਿਵੈਲਪ ਕਰਨੀ ਪੈਣੀ ਆ। ਉਹ ਇਸ ਵਕਤ ਸਾਡੇ ਕੋਈ ਮੈਕਨਿਜ਼ਮ ਨਹੀਂ ਹੈਗਾ, ਜਿੰਨੇ ਵੀ ਸਾਰੇ ਆਪਣੇ ਪਾਸ ਸਪੀਕਰ ਇਸ ਵਕਤ ਬੈਠੇ ਨੇ ਉਹ ਸਾਰਿਆਂ ਨੇ ਇਹੀ ਕੀਤਾ ਵੀ ਸਾਡਾ ਕੋਈ ਸਟਰਕਚਰ ਨਹੀਂ ਹੈਗਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਆਪਣੇ ਦਮਦਮ ਟਕਸਾਲਾਂ ਸ਼ੁਰੂ ਕੀਤੀਆਂ ਸੀਗੀਆਂ, ਉਹ ਸਾਡੇ ਸਿਸਟਮ ਸੀਗੇ ਜਿਹਦੇ ਰਾਹੀਂ ਸਾਡੀ ਲੀਡਰਸ਼ਿਪ ਅਤੇ ਸਿੱਖੀ ਤੌਰ 'ਤੇ ਡਿਵੈਲਪ ਹੁੰਦੀ ਸੀਗੀ, ਸਾਡੀ ਯੂਨੀਵਰਸਿਟੀ ਸੀਗੀਆਂ, ਉਹ ਇਸ ਵਕਤ ਸਾਰੀਆਂ ਚੱਕੀ ਗਈਆਂ। ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਉਹ ਨਹੀਂ ਕੰਟੀਨਿਊ ਔਨ ਰੱਖਿਆ, ਉਹ ਇੱਕ ਯਕਦਮ ਬੰਦ ਕਰਤਾ, ਗਾਂ ਬ੍ਰਿਟਿਸ਼ ਆ ਗਏ, ਬ੍ਰਿਟਿਸ਼ ਨੇ ਸਾਡੇ ਸਾਰੇ ਸਿੱਖ ਸਟਰਕਚਰ ਤੋੜਤੇ, ਕਿਉਂਕਿ ਉਹਨਾਂ ਨੇ ਆਪਣੇ ਲਾਗੂ ਕਰਨੇ ਸੀਗੇ, ਉਹ ਆ ਗਏ। ਅਤੇ ਫਿਰ ਗਾਹਾਂ ਹੁਣ ਇੰਡੀਆ ਸਰਕਾਰ ਆ ਗਈ, ਉਹ ਵੀ ਸਾਡੇ ਸਿੱਖ ਸਟਰਕਚਰ ਜਿਹੜੇ ਮਾੜੇ ਮੋਟੇ ਰਹਿੰਦੇ ਸੀਗੇ ਉਹਨਾਂ ਨੂੰ ਵੀ ਉਲਟਾ ਪੁਲਟਾ ਕਰ ਗਈ। ਅਤੇ ਸਾਨੂੰ ਬੈਕ ਟੂ ਬੇਸਿਕਸ ਸ਼ੁਰੂ ਕਰਨੀ ਚਾਹੀਦੀ ਹੈ, ਲਹਿਰ ਬੈਕ ਟੂ ਬੇਸਿਕਸ, ਪਹਿਲਾਂ ਤਾਂ ਸਿੱਖ ਨੂੰ ਸਿੱਖ ਬਣਨਾ ਚਾਹੀਦਾ, ਉਸ ਤੋਂ ਬਾਅਦ ਅਸੀਂ ਡਿਵੈਲਪ ਕਰੀਏ ਵੀ ਉਹਦੀਸ਼ਿਪ ਲੀਡਰਸ਼ਿਪ ਕਿੱਥੋਂ ਆਊਗੀ। ਆਪਾਂ ਦੇਖ ਲੈਂਦੇ ਹਾਂ ਚਰਚ ਆਫ ਇੰਗਲੈਂਡ ਜਿਹੜੀ ਆਰਚ ਬਿਸ਼ਪ ਹੈਗਾ ਉਹ ਕਿੱਕਣ ਚੁਣਿਆ ਜਾਂਦਾ, ਤੁਹਾਨੂੰ ਪਤਾ ਵੀ ਹਰ ਇੱਕ ਆਰਚ ਬਿਸ਼ਪ ਕੋਲ ਪੀ ਐਚ ਡੀ ਆ, ਉਹ ਪੀ ਐਚ ਡੀ ਤੋਂ ਪੀ ਐਚ ਡੀ ਥਿਓਲੋਜੀ ਵਿੱਚ, ਮਤਲਬ ਮਿਨੀਮਮ ਕੁਆਲੀਫਿਕੇਸ਼ਨ, ਮਿਨੀਮਮ ਕੁਆਲੀਫਿਕੇਸ਼ਨ, ਅਤੇ ਉਹ ਧਾਰਮਿਕ ਤੌਰ 'ਤੇ ਹੈਗੀ। ਅਤੇ ਉਹ ਜਦੋਂ ਬੰਦਾ ਲੈਂਦਾ ਉਸ ਪੋਸਟ ਨੂੰ, ਉਹ ਪੋਸਟ ਮੁਖੀ ਰੱਖਦਾ, ਜਿਹੜਾ ਧਰਮ ਹੈਗਾ ਭਾਵੇਂ ਉਹ ਕਿਹੜੀ ਪਾਰਟੀ ਵੱਲੋਂ ਆਇਆ ਜਾਂ ਕਿਹੜੀ ਉਹਦੀ ਪੋਲੀਟੀਕਲ ਰਿਲੀਜੀਅਸ ਹੈ, ਕਿਹੜੀ ਵੀ ਉਹਦੀ ਹੋਰ ਟਾਈਪ ਰਿਲੀਜੀਅਸ ਹੈ, ਪਰ ਉਹ ਧਰਮ ਨੂੰ ਮੂਹਰੇ ਰੱਖਦਾ। ਸਾਡਾ ਰਿਵਰਸ ਵਿੱਚ ਚੱਲ ਰਿਹਾ, ਸਾਡਾ ਪੋਲੀਟੀਕਲ ਪਹਿਲਾਂ ਚੱਲਦਾ ਅਤੇ ਰਿਲੀਜੀਅਸ ਬੈਕ 'ਤੇ ਰੱਖਿਆ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਨੇ ਕੋਨਸੈਪਟ ਸੇਂਟ ਸੋਲਜਰ ਦਾ ਪੇਸ਼ ਕੀਤਾ, ਸੇਂਟ ਮੂਹਰੇ ਰੱਖਿਆ, ਸੋਲਜਰ ਬਾਅਦ 'ਚ ਰੱਖਿਆ, ਅਸੀਂ ਪੋਲੀਟੀਕਲ ਹੁਣ ਪਹਿਲਾਂ ਰੱਖਣ ਲੱਗ ਪਏ। ਜਦੋਂ ਪੋਲੀਟੀਸ਼ਨ ਆਉਂਦਾ ਅਸੀਂ ਗੁਰਦੁਆਰੇ ਆਪਣੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਛੱਡ ਕੇ ਅਸੀਂ ਪੋਲੀਟੀਸ਼ਨ ਵਾਂਗੂ ਬਾਹਰ ਭੱਜ ਲੈਂਦੇ ਹਾਂ, ਹੈ ਪਰ ਫਰਜ਼ ਇਹ ਬਣਦਾ ਵੀ ਜਦੋਂ ਉਹ ਪੋਲੀਟੀਸ਼ਨ ਆਉਂਦੇ ਨੇ ਉਹ ਪਹਿਲਾਂ ਗੁਰੂ ਦੇ ਮੂਹਰੇ ਆਪਣਾ ਸੀਸ ਨਿਵਾਉਣ, ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਸੁਣੀਏ। ਅਸੀਂ ਆਪ ਗਿਲਟੀ ਹੈਗੇ ਵੀ ਅਸੀਂ ਚਾਹੁੰਦੇ ਹਾਂ ਪੋਲੀਟੀਸ਼ਨ ਪਹਿਲਾਂ ਮੂਹਰੇ ਰੱਖੀਏ ਅਤੇ ਰਿਲੀਜਨ ਨੂੰ ਬਾਹਰ ਰੱਖੀਏ, ਇਹ ਸਾਨੂੰ ਐਡਰੈਸ ਕਰਨਾ ਪੁਆਇੰਟ ਕਰਨਾ ਚਾਹੀਦਾ। ਅਸੀਂ ਰਿਲੀਜੀਅਸ ਨੂੰ ਫਸਟ ਬੇਸਿਸ 'ਤੇ ਰੱਖੀਏ, ਉਸ ਤੋਂ ਬਾਅਦ ਸਾਰਾ ਕੁਛ, ਭਾਵੇਂ ਪੋਲੀਟਿਕਸ, ਭਾਵੇਂ ਫਾਈਨੈਂਸ਼ੀਅਲ, ਭਾਵੇਂ ਸਾਰਾ ਕੁਛ, ਪਰ ਅਸੀਂ ਆਪਣੇ ਰਿਲੀਜਨ ਨੂੰ ਮੂਹਰੇ ਰੱਖੀਏ। ਬਿਲਕੁਲ, ਇਹਦੇ ਵਿੱਚੋਂ ਅਸੀਂ ਡਰੋਅ ਕਰੀਏ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਰਿਲੀਜੀਅਸ ਐਜੂਕੇਸ਼ਨ ਦੇਵਾਂਗੇ ਉਹ ਉਸ ਧਰਮ 'ਤੇ ਪੁਆਇੰਟ 'ਤੇ ਪੱਕੇ ਰਹਿਣਗੇ। ਜਦੋਂ ਵੀ ਫਿਰ ਕੋਈ ਅਕਾਲ ਤਖਤ ਜਥੇਦਾਰ ਬਣਦਾ ਜਾਂ ਕੋਈ ਪੋਲੀਟੀਸ਼ੀਅਨ ਬਣਦਾ ਜਾਂ ਹੋਰ ਕੁਛ ਬਣਦਾ, ਉਹਨਾਂ ਨੂੰ ਪਤਾ ਵੀ ਉਹ ਰਿਲੀਜੀਅਸ ਬੇਸਿਸ ਮੂਹਰੇ ਰੱਖਦੇ ਨੇ ਅਤੇ ਜਿਹੜੀ ਵੀ ਡਿਸੀਜਨ ਹੋਊਗੀ ਉਹ ਰਿਲੀਜੀਅਸ ਦੇ ਖਿਲਾਫ ਨਹੀਂ ਜਾਊਗੀ। ਇਸ ਵਕਤ ਅਸੀਂ ਪ੍ਰਾਈਡ ਲੈਂਦੇ ਹਾਂ ਵੀ ਅਸੀਂ ਸਿੱਖ ਰਿਲੀਜੀਅਸ ਸਟਰਕਚਰ ਤੋੜਦੇ ਹਾਂ। ਇੱਥੇ ਹਰ ਇੱਕ ਤੌਰ 'ਤੇ ਅਸੀਂ ਸੁਣਦੇ ਹਾਂ ਵੀ ਕੋਈ ਨਾ ਕੋਈ ਬਾਬਾ ਕਹਿੰਦਾ ਖੜਾ ਹੋ ਗਿਆ, ਉਹਨੇ ਆਪਣਾ ਡੇਰਾ ਸ਼ੁਰੂ ਕਰਤਾ ਅਤੇ ਉਹਦੇ ਇੰਨੇ ਫੋਲੋਅਰ ਨੇ, ਉਹ ਸਾਰੇ ਉੱਥੇ ਪੋਲੀਟੀਸ਼ੀਅਨ ਭੱਜ ਜਾਂਦੇ ਨੇ ਮੱਥਾ ਟਿਕਾਉਣ ਜਾਣ। ਸੋ ਇਹ ਜਿਹੜਾ ਨੌਨਸੈਂਸ ਹੈਗਾ ਇਹ ਐਕਚੁਲੀ ਅਸੀਂ ਆਪ ਗਿਲਟੀ ਹਾਂ, ਕਿਉਂਕਿ ਅਸੀਂ ਆਪ ਸਿੱਖ ਨਹੀਂ, ਪਹਿਲਾਂ ਅਸੀਂ ਸਿੱਖ ਬਣੀਏ, ਉਸ ਤੋਂ ਬਾਅਦ ਅਸੀਂ ਡਰੋ ਕਰੀਏ ਵੀ ਜਿਹੜੇ ਸਾਡੇ ਲੀਡਰ ਨੇ ਅਤੇ ਜਿਹੜੇ ਸਾਡੇ ਪੋਲੀਟਿਸ਼ ਨੇ, ਉਹ ਡਿਫਰੈਂਸ਼ੀਏਸ਼ਨ ਸਾਨੂੰ ਰੱਖਣੀ ਚਾਹੀਦੀ ਆ ਅਤੇ ਹਮੇਸ਼ਾ ਲਈ ਹੋਣੀ ਚਾਹੀਦੀ ਆ। ਬਹੁਤ ਅੱਛੀ ਗੱਲ ਕਹੀ ਜਿਹੜੀ ਅੰਮ੍ਰਿਤਪਾਲ ਸਿੰਘ ਸਾਹਿਬ ਨੇ, ਮਾਨ ਸਾਹਿਬ ਨੇ ਇਹ ਗੱਲ ਕਹੀ ਕਿ ਸਾਡੇ ਜਿਹੜੇ ਲੀਡਰ ਸਨ, ਸੋ ਕੱਲ੍ਹ ਜਿਸ ਤਰ੍ਹਾਂ ਕਿ ਸੁਜੋ ਸਾਹਿਬ ਨੇ ਇਹ ਗੱਲ ਕਹੀ ਕਿ ਜਾਂ ਫਿਰ ਬਲਵੀਰ ਸਿੰਘ ਸਾਹਿਬ ਨੇ ਸ਼ਾਇਦ ਕਹੀ ਸੀ ਗੱਲ ਜਿਹੜੀ ਸਿਸਟਮ ਦੀ ਸੀ ਕਿ ਸਾਡੇ ਵਿੱਚ ਚੋਣ ਨਹੀਂ ਹੈ, ਚੋਣ ਸਾਡੀਆਂ ਸਿਆਸੀ ਅਦਾਰਿਆਂ ਦੇ ਵਿੱਚ ਨਹੀਂ ਹੈ, ਲੇਕਿਨ ਚੋਣ ਸਾਡੀ ਜਿਹੜੀ ਖਿਮਾ ਕਰਨੀ ਰਿਲੀਜੀਅਸ ਅਦਾਰਿਆਂ ਦੇ ਵਿੱਚ ਚੋਣ ਨਹੀਂ ਹੈ, ਲੇਕਿਨ ਸਿਆਸੀ ਅਦਾਰੇ ਤਾਂ ਖੈਰ ਉਹ ਤਾਂ ਹੋਏਗੀ ਹੀ ਚੋਣ, ਲੇਕਿਨ ਅਸੀਂ ਸਿਆਸੀ ਅਦਾਰਿਆਂ ਦੇ ਵਿੱਚ ਵੀ ਚੋਣ ਲੈ ਆਉਂਦੀ। ਹੁਣ ਹੋਇਆ ਕੀ ਕਿ ਜਿਹੜੀ ਗੱਲ ਅੰਮ੍ਰਿਤਪਾਲ ਸਿੰਘ ਸਾਹਿਬ ਨੇ ਕਹੀ ਸਾਨੂੰ ਸਮਝਾਈ ਕਿ ਅਸਲ ਦੇ ਵਿੱਚ ਜੋ ਚਾਹੀਦਾ ਸੀ ਉਹ ਨਹੀਂ ਹੋਇਆ, ਯਾਨੀ ਕਿ ਪ੍ਰੈਕਟੀਕਲ ਤਾਂ ਇਸ ਗੱਲ ਦਾ ਹੋਣਾ ਚਾਹੀਦਾ ਸੀਗਾ ਕਿ ਧਰਮ ਅਗਵਾਈ ਕਰਦਾ ਔਰ ਸਿਆਸਤ ਪਿੱਛੇ ਰਹਿੰਦੀ, ਅਸੀਂ ਕੀ ਕੀਤਾ ਕਿ ਸਿਆਸਤ ਨੂੰ ਅੱਗੇ ਲਿਆਏ, ਧਰਮ ਜਿਹੜਾ ਸੀ ਪਿੱਛੇ ਕੀ ਰਹਿਣਾ, ਧਰਮ ਬਿਲਕੁਲ ਭੁੱਲ ਭੁਲਾ ਗਿਆ। ਕੰਦੋਲਾ ਸਾਹਿਬ ਆਪ ਜੀ ਨੇ ਗੱਲ ਕੀਤੀ ਸੀ ਕਿ ਸਤਿਕਾਰਯੋਗ ਬਾਦਲ ਸਾਹਿਬ ਦੀ ਕਿ ਉਹ ਇੱਕ ਕੌਮ ਨੂੰ ਅਗਵਾਈ ਦੇ ਰਹੇ ਨੇ, ਜਦਕਿ ਬਾਕੀ ਦੇ ਸਾਰੇ ਸਾਡੇ ਜਿਹੜੇ ਸਿੰਘ ਸਨ ਜਾਂ ਪੈਨਲ ਦੇ ਵਿੱਚ ਸਨ ਉਹਨਾਂ ਦਾ ਇਹ ਵਿਚਾਰ ਹੈ ਕਿ ਸਿੱਖੀ ਦੇ ਪ੍ਰਤੀ ਕਿਸੇ ਵੀ ਮੈਂ ਬਾਦਲ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਫਿਲਹਾਲ, ਕਿਉਂ ਅਮਰਿਤ ਜੀ ਤੁਸੀਂ ਇਹੀ ਕਿਹਾ ਸੀ ਨਾ ਕਿ ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਕੰਦੋਲਾ ਸਾਹਿਬ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੀ ਸੋਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਲੀਡਰਸ਼ਿਪ ਦੋ ਤਰ੍ਹਾਂ ਦੀ ਆ, ਕਿ ਇੱਕ ਲੀਡਰਸ਼ਿਪ ਹੈਗੀ ਧਾਰਮਿਕ ਲੀਡਰਸ਼ਿਪ, ਇੱਕ ਹੈਗੀ ਪੋਲੀਟੀਕਲ ਲੀਡਰਸ਼ਿਪ। ਜੇ ਬਾਦਲ ਸਾਹਿਬ ਜੇ ਹੁਣ ਪੰਜਾਬ ਦੇ ਚੀਫ ਮਿਨਿਸਟਰ ਹਨ, ਉਹ ਸਿਰਫ ਇੱਕ ਸਿੱਖਾਂ ਦੇ ਚੀਫ ਮਿਨਿਸਟਰ ਨਹੀਂ, ਉਹ ਸਾਰੇ ਪੰਜਾਬ ਦੇ ਚੀਫ ਮਿਨਿਸਟਰ ਹਨ, ਜਿਨ੍ਹਾਂ ਵਿੱਚ ਹਿੰਦੂ ਵੀ ਆਉਂਦੇ ਹਨ, ਹੋਰ ਜਮਾਤਾਂ ਵੀ ਆਉਂਦੀਆਂ ਹਨ। ਇਸ ਕਰਕੇ ਮੈਂ ਇਹ ਜ਼ਰੂਰ ਬਿਲਕੁਲ ਇਸ 'ਤੇ ਮੈਂ ਸਪੱਸ਼ਟ ਹਾਂ ਕਿ ਜੇ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ
ਪੰਜਾਬ ਦੇ ਵਿੱਚ ਇੱਕ ਹਕੂਮਤ ਬਣਾਈ ਹੈ ਬੀ ਜੇ ਪੀ ਦੇ ਨਾਲ ਰਲ ਕੇ। ਜੇ ਬੀ ਜੇ ਪੀ ਦੇ ਨਾਲ ਉਹ ਨਾ ਰਲਦੇ ਤਾਂ ਮੈਂ ਨਹੀਂ ਕਹਿੰਦਾ ਕਿ ਅੱਗੇ ਨੂੰ ਵੀ ਜਾਂ ਹੁਣ ਵੀ ਕੋਈ ਪੰਜਾਬ ਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਨਾ ਜੀ ਉਹ ਹੋ ਰਹੀ ਹੈ ਸਿੱਖਾਂ ਦੀ ਲੀਡਰ ਦੀ, ਸਿੱਖ ਜਿਹੜੀ ਕੌਮ ਹੈ ਨਾ ਜੀ ਉਹ ਲੀਡਰਲੈਸ ਹੋ ਚੁੱਕੀ ਹੈ। ਠੀਕ ਹੈ, ਤੁਸੀਂ ਬਾਦਲ ਸਾਹਿਬ ਦੀ ਗੱਲ ਕਰ ਰਹੇ ਹੋ, ਉਹ ਭਾਵੇਂ ਭਾਜਪਾ ਨਾਲ ਮਿਲੇ ਜਾਂ ਜਿਹਨਾਂ ਨੂੰ ਮਿਲੇ, ਤੁਸੀਂ ਆਪੇ ਹੀ ਇਹ ਕਹਿ ਦਿੱਤਾ ਕਿ ਉਹ ਕੇਵਲ ਸਿੱਖਾਂ ਦੇ ਲੀਡਰ ਨਹੀਂ ਨੇ, ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਿੱਖਾਂ ਦੀ ਲੀਡਰਸ਼ਿਪ ਦਿੱਤੇ ਹੈ। ਮੈਂ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਆਪਾਂ ਗੱਲ ਤੋਂ ਥੋੜ੍ਹਾ ਜਿਹਾ ਟਰੈਕ ਤੋਂ ਹਟ ਰਹੇ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਉਹਨੂੰ ਕਹਿੰਦੇ ਹਾਂ ਕਿ ਅਸੀਂ ਸਿੱਖਾਂ ਦਾ ਲੀਡਰ ਹੈ, ਉਹ ਸਾਰਿਆਂ ਦਾ ਲੀਡਰ ਹੈ। ਜੇ ਤੁਸੀਂ ਹੁਣ ਗੱਲ ਕੀਤੀ ਹੈ ਕਿ ਜੇ ਅਕਾਲ ਤਖਤ ਦਾ ਜਥੇਦਾਰ ਹੈ ਉਹਦੀ ਸਟਰਕਚਰ ਦੀ ਗੱਲ ਕੀਤੀ ਹੈ, ਮੈਂ ਪਹਿਲਾਂ ਸਟਰਕਚਰ ਦੀ ਬੇਨਤੀ ਕੀਤੀ ਸੀ। ਜੇ ਅਸੀਂ ਇਸੇ ਚੀਜ਼ ਨੂੰ ਲੈ ਕੇ ਅਸੀਂ ਚੱਲਦੇ ਰਹੇ ਕਿ ਆਹ ਚੀਜ਼ ਹਾਂ, ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਉਸਦਾ ਜਿਹੜਾ ਮੈਂਬਰ ਬਣਦਾ ਹੈ ਉਹ ਆਪਣਾ ਫਰਜ਼ ਅਦਾ ਕਰਨ ਆਉਂਦਾ ਹੈ ਕਿ ਮੈਂ ਰਿਲੀਜੀਅਸ ਦੇ ਇੱਕ ਮੈਂਬਰ ਬਣਿਆ ਹਾਂ, ਮੈਂ ਉਸ ਦੇ ਵਿੱਚ ਕੰਮ ਕਰਾਂਗਾ। ਲੇਕਿਨ ਉੱਥੇ ਕੀ ਹੋ ਗਿਆ ਹੈ, ਦੈਟਸ ਦੀ ਫਸਟ ਸਟੈਪ ਟੂ ਬਿਕਮ ਆਈਦਰ ਐੱਮ ਐੱਲ ਏ ਔਰ ਟੂ ਬਿਕਮ ਐੱਮ ਪੀ, ਉਹਨਾਂ ਦਾ ਜਿਹੜਾ ਪਹਿਲਾ ਸਟੈਪ ਹੈ ਇਹ। ਲੇਕਿਨ ਉਹ ਉਸ ਦੇ ਵਿੱਚ ਇਹ ਨਹੀਂ ਆਏ ਕਰਨ ਕਿ ਹਾਂ ਅਸੀਂ ਰਿਲੀਜੀਅਸ ਲੀਡਰ ਹਾਂ, ਕਿ ਅਸੀਂ ਰਿਲੀਜੀਅਸ ਦੇ ਵਿੱਚ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨਾ ਹੈ। ਲੇਕਿਨ ਸਾਡੇ ਵਿੱਚ ਬਹੁਤ ਜ਼ਿਆਦੀਆਂ ਖਾਮੀਆਂ ਹਨ, ਅਸੀਂ ਬਿਲਕੁਲ ਦੋਸ਼ ਦੇਣ ਲੱਗ ਪੈਂਦੇ ਹਾਂ ਕਿ ਆਹ ਚੀਜ਼ ਐਂ ਹੈ, ਆਹ ਚੀਜ਼ ਇਸ ਤਰ੍ਹਾਂ ਹੈ। ਲੇਕਿਨ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੀ ਸਿੱਖ ਲੀਡਰਸ਼ਿਪ ਕਹਿੰਦੇ ਹਾਂ ਕਿ ਜੀ ਲੀਡਰਸ਼ਿਪ ਨਹੀਂ ਹੈ, ਇੱਕ ਸਿੱਖ ਨੇਸ਼ਨ ਮੰਡੇਲੇ ਦੀ ਗੱਲ ਕੀਤੀ, ਬਰਮਾ ਦੇ ਵਿੱਚ ਜਿਹੜੀ ਆਈ ਡੋਂਟ ਨੋ ਦੀ ਨੇਮ ਕਿ ਬਹੁਤ ਦੇਰ ਤੋਂ ਹੈ, ਉਹਨਾਂ ਮਗਰ ਸੰਸਾਰ ਦੇ ਮੁਲਕ ਹਨ। ਜੇ ਮੰਡੇਲੇ ਦੀ ਗੱਲ ਕੀਤੀ ਹੈ ਕਿ ਸਾਰਾ ਸੰਸਾਰ ਕਹਿ ਰਿਹਾ ਸੀ ਕਿ ਉੱਥੇ ਅਪਾਰਟਾਈਡ ਜਿਹੜਾ ਆ ਉਹ ਤੰਗ ਕਰਦਾ ਹੈ, ਅਸੀਂ ਇੱਕ ਛੋਟੀ ਜਿਹੀ ਕੌਮ ਹਾਂ, ਸਾਡੇ ਮਗਰ ਸਾਡਾ ਮੁਲਕ ਵੀ ਨਹੀਂ ਹੈ, ਹੋਰ ਮੁਲਕਾਂ ਨੇ ਤਾਂ ਕੀ ਹੋਣਾ, ਲੀਡਰਸ਼ਿਪ ਕਿਸੇ ਹੋਰਨਾਂ ਮੁਲਕਾਂ ਨੇ ਕੀ ਦੇਣੀ। ਜੇ ਮੰਡੇਲੇ ਨੂੰ ਲੀਡਰਸ਼ਿਪ ਦਿੱਤੀ ਸਾਰੇ ਸੰਸਾਰ ਨੇ ਦਿੱਤੀ, ਜੇ ਸਾਡੇ ਵਿੱਚ ਅਸੀਂ ਲੀਡਰਸ਼ਿਪ ਲੈਂਦੇ ਹਾਂ ਇੱਕ ਸਿੱਖ ਕੌਮ ਦੇ ਵਿੱਚ, ਉਹ ਸਿੱਖ ਕੌਮ ਦੇ ਵਿੱਚ ਅਸੀਂ ਲੈਂਦੇ ਹਾਂ ਕਿ ਜੇ ਜਥੇਦਾਰ ਆਇਆ ਹੈ ਉਹਨੂੰ ਜਥੇਦਾਰ ਨੂੰ ਅਸੀਂ ਉੱਥੇ ਅੰਮ੍ਰਿਤਸਰ ਹੀ ਜਾਣਦੇ ਹਾਂ ਕਿ ਜਿਹੜਾ ਸਾਰਾ ਸੰਸਾਰ ਹੈ 203 ਜਾਂ 4 ਕੰਟਰੀ ਸਾਰੇ ਸੰਸਾਰ ਵਿੱਚ ਹਨ ਉਹ ਨਹੀਂ ਜਾਣਦੇ। ਮੇਰੇ ਖਿਆਲ ਕੰਦੋਲਾ ਸਾਹਿਬ ਆਪਾਂ ਟਰੈਕ ਤੋਂ ਪਰੇ ਜਾ ਰਹੇ ਹਾਂ, ਕਿਉਂਕਿ ਗੱਲ ਹੋ ਰਹੀ ਹੈ ਸਿੱਖ ਕੌਮ ਦੀ ਲੀਡਰਸ਼ਿਪ ਦੀ ਕਿ ਸਿੱਖ ਕੌਮ ਇਸ ਵਕਤ ਲੀਡਰ ਤੋਂ ਲੈਸ ਹੈ ਜਦਕਿ ਕੌਮ ਇਕੱਠੀ ਹੋ ਚੁੱਕੀ ਹੈ। ਤੋ ਜੇ ਸ਼੍ਰੋਮਣੀ ਕਮੇਟੀ ਦੀ ਗੱਲ ਹੈ ਜਾਂ ਜਿਹੜੀਆਂ ਤੁਸੀਂ ਬਾਕੀ ਦੀਆਂ ਗੱਲਾਂ ਕਰ ਰਹੇ ਹੋ, ਮੇਰਾ ਖਿਆਲ ਇਹਦੇ ਵਿੱਚੋਂ ਸਿੱਖਾਂ ਦਾ ਲੀਡਰਸ਼ਿਪ ਜਿਹੜੀ ਹੈ ਨਾ ਉਹ ਪਿੱਛੇ ਹਟਦੀ ਜਾ ਰਹੀ ਹੈ, ਭਾਵੇਂ ਕਿ ਸਿੱਖ ਕੌਮ ਨੂੰ ਅਗਵਾਹੀ ਦੇਣ ਵਾਲਾ ਜਿਹੜਾ ਵੀ ਹੈ ਉਹ ਪਹਿਲਾਂ ਤਾਂ ਧਾਰਮਿਕ ਹੋਵੇਗਾ ਹੀ ਹੋਵੇਗਾ ਜ਼ਾਹਿਰ ਤੌਰ 'ਤੇ, ਜਿਵੇਂ ਸੁਜੂ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਨੂੰ ਅਗਵਾਹੀ ਦੇਣ ਵਾਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਣ ਵਾਲੇ ਸਰਬੱਤ ਖਾਲਸਾ ਦੇ ਵਿੱਚੋਂ ਹੀ ਚੁਣਿਆ ਜਾ ਸਕਦਾ ਹੈ। ਤੁਸੀਂ ਕੀ ਇਸ ਗੱਲ ਦੇ ਨਾਲ ਸਹਿਮਤ ਹੋ, ਕਿਉਂਕਿ ਜੇ ਤਾਂ ਆਪਾਂ ਗੱਲ ਕਰੀਏ ਬਾਦਲ ਸਾਹਿਬ ਦੀ ਭਾਰਤੀ ਜਨਤਾ ਪਾਰਟੀ ਦੀ, ਤਾਂ ਜੇ ਮੈਂ ਅਚੀਵਮੈਂਟ ਦੇ ਉੱਤੇ ਆਜਮਾਂ ਤਾਂ ਇੱਕ ਬਹੁਤ ਲੰਬਾ ਵਿਸ਼ਾ ਹੋ ਜਾਏਗਾ ਕਿ ਬਾਦਲ ਸਾਹਿਬ ਜੇ ਭਾਰਤੀ ਜਨਤਾ ਪਾਰਟੀ ਨਾਲ ਮਿਲੇ ਨੇ, ਭਾਰਤੀ ਜਨਤਾ ਪਾਰਟੀ ਦਾ ਰਾਜ ਵੀ ਰਿਹਾ ਭਾਰਤ ਦੇ ਵਿੱਚ, ਔਰ ਅਕਾਲੀਆਂ ਦੀ ਬੜੀ ਪੁਰਾਣੀ ਮੰਗ ਹੈ, ਇੱਕੋ ਇੱਕ ਮੰਗ ਨੂੰ ਮੈਂ ਐਗਜ਼ਾਮਪਲ ਦੇ ਤੌਰ 'ਤੇ ਚੱਲਵਾਂ ਤਾਂ ਅਨੰਦਪੁਰ ਸਾਹਿਬ ਦਾ ਮਤਾ ਹੈ, ਅਕਾਲੀ ਤਾਂ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਕਿ ਖੁਦ ਉਹਨਾਂ ਨੇ ਮੰਗਿਆ, ਖੁਦ ਉਹਨਾਂ ਨੇ ਪਾਸ ਵੀ ਕਰਵਾਇਆ ਕਾਂਗਰਸ ਦੀ ਸਰਕਾਰ ਕੋਲੋਂ 1962 ਦੇ ਵਿੱਚ ਜਵਾਹਰ ਲਾਲ ਨਹਿਰੂ ਪਾਸੋਂ, ਫਿਰ ਵੀ ਉਸ ਨੂੰ ਇੰਪਲੀਮੈਂਟ ਨਹੀਂ ਕਰਵਾ ਸਕੇ, ਯਾਨੀ ਕਿ ਉਸਨੂੰ ਲਾਗੂ ਨਹੀਂ ਕਰਵਾ ਸਕੇ। ਇਹ ਇੱਕ ਫੇਲੀਅਰ ਹੈ ਬਹੁਤ ਵੱਡਾ ਜਿਹਨੂੰ ਆਪਾਂ ਇਗਨੋਰ ਹੀ ਕਰੀ ਬੈਠੇ ਹਾਂ। ਤੋ ਇਸ ਪੱਖੋਂ ਆਪਾਂ ਮੇਰੇ ਖਿਆਲ ਉਸ ਟਰੈਕ ਨੂੰ ਛੱਡ ਦਈਏ, ਆਪਾਂ ਸਿਰਫ ਅਤੇ ਸਿਰਫ ਇੱਕੋ ਮੁੱਦੇ ਦੇ ਉੱਤੇ ਆ ਜਾਈਏ ਕਿ ਕੀ ਤੁਸੀਂ ਸਮਝਦੇ ਹੋ ਕਿ ਵਾਕਈ ਸਿੱਖ ਕੌਮ ਲੀਡਰਲੈਸ ਹੈ। ਜੇ ਤੁਸੀਂ ਇਸ ਗੱਲ ਨਾਲ ਐਗਰੀ ਹੋ ਤਾਂ ਤੁਸੀਂ ਦੱਸੋ ਕਿ ਸਿੱਖ ਕੌਮ ਦਾ ਲੀਡਰ ਕਿਹੋ ਜਿਹਾ ਹੋਣਾ ਚਾਹੀਦਾ ਔਰ ਕਿਉਂ ਸਿੱਖ ਕੌਮ ਹਮੇਸ਼ਾ ਲੀਡਰਲੈਸ ਰਹੀ, ਕਿਉਂਕਿ ਤੁਸੀਂ ਆਪੇ ਹੀ ਕਹਿ ਦਿੱਤਾ ਕਿ ਬਾਦਲ ਸਾਹਿਬ ਤਾਂ ਇਸ ਵਕਤ ਪੰਜਾਬੀਆਂ ਦੀ ਅਗਵਾਈ ਕਰ ਰਹੇ ਨੇ, ਉਹ ਸਭ ਦੇ ਲੀਡਰ ਨੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹਾਂ। ਮੈਂ ਇੱਥੇ ਸਾਰੇ ਪੈਨਲ ਦੇ ਵਿੱਚ ਜਿੰਨੇ ਪੈਨਲ ਦੇ ਵਿੱਚ ਮੈਂ ਕਹਿੰਦਾ ਤਿੰਨੇ ਸਪੀਕਰ ਮੇਰੇ ਤੋਂ ਤੁਸੀਂ ਤੁਹਾਡੇ ਚਾਰੇ ਬੋਲੇ ਹਨ ਕਿ ਸਾਡੇ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਤਾਂ ਪੈਦਾ ਹੋ ਸਕਦੀ ਹੈ ਜੇ ਤੁਹਾਨੂੰ ਲੀਡਰਸ਼ਿਪ ਦੇ ਜਿਹੜੇ ਆ ਸਕੂਲ ਖੁੱਲ੍ਹੇ ਜਾਣ, ਜਿਹੜੇ ਜਿਸ ਤਰ੍ਹਾਂ ਇਸ ਮੁਲਕ ਦੇ ਵਿੱਚ ਹਿਸਟਰੀ ਹੈ, ਮੈਂ ਸਾਰੀ ਉਮਰ ਪੜ੍ਹਾਇਆ ਹੈ, ਮੈਂ ਮੈਥਮੈਟੀਸ਼ੀਅਨ ਹਾਂ, ਲੇਕਿਨ ਮੈਂ ਗੱਲ ਕਰਦਾ ਹਾਂ ਜਿਸ ਵੇਲੇ ਸਾਡੇ ਤੋਂ ਪੁੱਛਣਾ ਉਹਨਾਂ ਨੇ ਕਿ ਬਣਾ ਡਾਕਟਰ, ਜੇ ਸਾਡੇ ਮੁਲਕ ਦੇ ਵਿੱਚ ਜਿਹੜੇ ਲੀਡਰ ਬਣਦੇ ਹਨ, ਜੇ ਜਥੇਦਾਰ ਬਣਦਾ ਹੈ, ਖਾਸ ਕਰਕੇ ਇੱਥੇ ਕਹਿ ਚੁੱਕੇ ਹਨ ਕਿ ਆਇਆ ਕਿ ਉਹਦੇ ਕੋਲ ਥਿਓਲੋਜੀ ਦੀ ਡਿਗਰੀ ਹੈ, ਉਹ ਸਿੱਖ ਧਰਮ ਦੇ ਵਿੱਚ ਜਿਹੜੀ ਥਿਓਲੋਜੀ ਦੀ ਡਿਗਰੀ ਹੈ, ਮੈਂ ਨਹੀਂ ਕਹਿੰਦਾ ਹਾਲੇ ਤੱਕ ਬਣੀ ਹੈ ਕਿ ਉਹਦੀ PhD ਕੀ ਹੈ, PhD ਲੋਕਾਂ ਨੇ ਉਹਦੇ ਵਿੱਚ ਇਹ ਲਈਆਂ ਹਨ ਕਿ ਹੋਰਨਾਂ ਚੀਜ਼ਾਂ ਉੱਤੇ। ਲੇਕਿਨ ਜਿੱਥੇ ਤੱਕ ਜਿਹੜੀ ਐਜੂਕੇਸ਼ਨ ਦੇ ਲਈ ਹੈ, ਸਾਡੇ ਵਿੱਚ ਹਾਲੇ ਤੱਕ ਜਿਹੜੇ ਗ੍ਰੰਥੀ ਸਹਿਬਾਨ ਹਨ,
ਅਸੀਂ ਕਲਰਜੀ ਦੀ ਗੱਲ ਕਰਦੇ ਹਾਂ, ਇੱਕ ਕਲਰਜੀ ਜਿੰਨਾ ਚਿਰ ਉਹਦੇ ਕੋਲ ਬੀ ਏ ਥਿਓਲੋਜੀ ਨਹੀਂ ਹੈ ਉਨਾ ਚਿਰ ਕਲਰਜੀ ਨਹੀਂ ਲੱਗ ਸਕਦਾ। ਉੱਥੋਂ ਲੀਡਰਸ਼ਿਪ ਪੈਦਾ ਹੁੰਦੀ ਹੈ ਧਾਰਮਿਕ, ਜੇ ਉਹਨੂੰ ਅਸੀਂ ਬਣਾਵਾਂਗੇ ਤਾਂ ਅਸੀਂ ਲੀਡਰਸ਼ਿਪ ਅੱਗੇ ਨੂੰ ਕਾਇਮ ਕਰ ਸਕਾਂਗੇ। ਲੇਕਿਨ ਹਾਲੇ ਸਾਡੇ ਵਿੱਚ ਇਹੀ ਟੋਟ ਹੈ ਕਿ ਅੱਜ ਅਸੀਂ ਲੀਡਰ ਬਣਾ ਲਿਆ, ਕੱਲ੍ਹ ਨੂੰ ਲੀਡਰ ਅਸੀਂ ਉਹ ਜਿਹੜਾ ਆ ਉਹ ਲਾ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਗੱਲ ਨੂੰ ਆਪਾਂ ਜਾਰੀ ਰੱਖਾਂਗੇ। ਹੁਣ ਇਸੇ ਡਿਬੇਟ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਆਪਣੇ ਲੰਡਨ ਤੋਂ ਬਰਮਿੰਗਮ ਦੇ ਸਟੂਡੈਂਟ ਵੱਲ ਵੱਧ ਰਹੇ ਹਾਂ, ਕਿਉਂਕਿ ਜਿਵੇਂ ਕਿ ਆਪ ਜਾਣਦੇ ਹੋ ਕਿ ਆਪਣੇ ਪਹਿਲਾ ਜਿਹੜਾ ਟੋਪਿਕ ਸੀਗਾ ਉਹ ਸੁਣਿਆ ਸੀਗਾ ਅੰਮ੍ਰਿਤਸਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਬਾਅਦ ਹੁਣ ਅਸੀਂ ਲੰਡਨ ਸਟੂਡੀਓ ਤੋਂ, ਹੁਣ ਇਸ ਤੋਂ ਬਾਅਦ ਅਸੀਂ ਮਾਨਚੈਸਟਰ ਜਾ ਰਹੇ ਹਾਂ। ਮਾਨਚੈਸਟਰ ਵਿਖੇ ਵੀ ਸਾਡੀ ਟੀਮ ਬੈਠੀ ਹੈ, ਜਿਹੜੇ ਕਿ ਸਾਡੇ ਵਿਚਾਰ ਵੀ ਉਹਨਾਂ ਨੇ ਸੁਣੇ ਨੇ, ਸਾਡੇ ਪੈਨਲ ਦੇ ਵਿਚਾਰ ਵੀ ਉਹਨਾਂ ਨੇ ਸੁਣੇ ਨੇ। ਅੰਮ੍ਰਿਤਸਰ ਸਾਹਿਬ ਵਿਖੇ ਜੋ ਡਾਕਟਰ ਸਾਹਿਬ ਸੁਖਪ੍ਰੀਤ ਸਿੰਘ ਸਾਹਿਬ ਜੀ ਦੇ ਨਾਲ ਪੈਨਲ ਬੈਠੇ ਨੇ, ਭਾਈ ਸਾਹਿਬ ਮੋਹਕਮ ਸਿੰਘ ਸਾਹਿਬ ਜੀ, ਬਲਜੀਤ ਸਿੰਘ ਸਾਹਿਬ ਜੀ, ਸੰਦੀਪ ਕੌਰ ਜੀ, ਬੀਬੀ ਜੀ, ਉਹਨਾਂ ਦੇ ਵਿਚਾਰ ਵੀ ਸੁਣੇ। ਸਾਡੇ ਨਾਲ ਬਲਵੀਰ ਸਿੰਘ ਸਾਹਿਬ ਬੈਠੇ ਨੇ, ਸਾਡੇ ਨਾਲ ਚਰਨਜੀਤ ਸਿੰਘ ਜੀ, ਸੂਜੋ ਸਾਹਿਬ ਬੈਠੇ ਨੇ, ਅੰਮ੍ਰਿਤਪਾਲ ਸਿੰਘ ਜੀ ਮਾਨ ਸਾਹਿਬ ਬੈਠੇ ਨੇ, ਸਤਿਕਾਰਯੋਗ ਕੰਦੋਲਾ ਸਾਹਿਬ ਬੈਠੇ ਨੇ, ਸਰਵਨ ਸਿੰਘ ਜੀ ਕੰਦੋਲਾ ਸਾਹਿਬ, ਸਾਰਿਆਂ ਦੀ ਗੱਲਬਾਤ ਉਹਨਾਂ ਨੇ ਸੁਣ ਲਈ। ਬਹੁਤ ਅੱਛਾ ਲੱਗਾ, ਵਿਚਾਰ ਆਪਣੇ ਆਪਣੇ ਨੇ ਔਰ ਖੁੱਲ੍ਹ ਕੇ ਵਿਚਾਰ ਦਿੱਤੇ ਕੰਦੋਲਾ ਸਾਹਿਬ ਨੇ। ਇੱਕ ਗੱਲ ਦੇ ਲਈ ਉਹ ਸਹਿਮਤ ਨੇ ਕਿ ਜਿਹੜੀ ਅਗਵਾਹੀ ਬਾਦਲ ਸਾਹਿਬ ਕਰ ਰਹੇ ਨੇ ਉਹ ਠੀਕ ਹੈ, ਸੁਜੋ ਸਾਹਿਬ ਨਹੀਂ ਸਹਿਮਤ, ਬਲਵੀਰ ਸਿੰਘ ਸਾਹਿਬ ਨੇ ਆਪਣੇ ਖਿਆਲ ਦਿੱਤੇ, ਅੰਮ੍ਰਿਤਪਾਲ ਸਿੰਘ ਸਾਹਿਬ ਨੇ ਆਪਣੇ ਖਿਆਲ ਦਿੱਤੇ। ਇਹਨਾਂ ਖਿਆਲਾਂ ਦੇ ਨਿਚੋੜ ਦੇ ਵਿੱਚ ਹੋ ਸਕਦਾ ਅਸੀਂ ਇੱਕ ਲੀਡਰ ਦੀ ਸਹੀ ਪਰਿਭਾਸ਼ਾ ਕੱਢ ਸਕੀਏ, ਕਿਉਂਕਿ ਅਸੀਂ ਸਿੱਖ ਜਨਰਲ ਵਾਲੇ ਕੋਈ ਅਥਾਰਟੀ ਨਹੀਂ ਆ ਕਿ ਅਸੀਂ ਕੌਮ ਨੂੰ ਲੀਡਰ ਦੇ ਸਕੀਏ। ਹਾਂ, ਲੀਡਰ ਦੀ ਇੱਕ ਸਹੀ ਪਰਿਭਾਸ਼ਾ ਤਾਂ ਅਸੀਂ ਘੱਟੋ ਘੱਟ ਅੱਜ ਦੇ ਦਿਨ ਮਿਥ ਸਕਦੇ ਹਾਂ ਕਿ ਕਿਸ ਕਿਸਮ ਦਾ ਲੀਡਰ ਹੋਵੇ, ਕਿਹੋ ਜਿਹਾ ਲੀਡਰ ਹੋਵੇ ਜਿਹੜਾ ਕਿ ਕੌਮ ਨੂੰ ਅਗਵਾਹੀ ਦੇਵੇ, ਸੇਧ ਦੇਵੇ, ਤਾਂ ਕਿ ਕੌਮ ਜਿਹੜੀ ਕਿ ਇਕੱਠੀ ਹੋ ਚੁੱਕੀ ਹੈ ਇਸ ਵਕਤ, ਉਹ ਇਕੱਠੀ ਹੋਈ ਕੌਮ ਹਮਲਾ ਮਾਰ ਕੇ ਕੁਝ ਨਾ ਕੁਝ ਪ੍ਰਾਪਤੀ ਕਰ ਲਵੇ, ਕਿਉਂਕਿ ਹਥੌੜਾ ਗਰਮ ਹੈ, ਲੋਹਾ ਗਰਮ ਹੈ, ਜੇ ਗਰਮ ਲੋਹੇ ਉੱਪਰ ਹਥੌੜਾ ਨਾ ਮਾਰਿਆ ਗਿਆ ਔਰ ਹਥੌੜਾ ਮਾਰਨ ਵਾਲਾ ਚਾਹੀਦਾ ਹੈ, ਉਹ ਕੌਣ ਆਏਗਾ ਅੱਗੇ? ਇਸ ਗੱਲ ਦੀ ਬਹਿਸ ਨੂੰ ਅੱਗੇ ਵਧਾਉਂਦੇ ਹੋਇਆਂ ਸਾਡਾ ਅਗਲਾ ਪੈਨਲ ਮਾਨਚੈਸਟਰ ਵਿਖੇ, ਮਾਨਚੈਸਟਰ ਵਿਖੇ ਅਗਲਾ ਸਾਡਾ ਪੈਨਲ, ਔਰ ਮਾਨਚੈਸਟਰ ਵਿਖੇ ਆਪਾਂ ਚੱਲਦੇ ਹਾਂ, ਦੇਖਦੇ ਹਾਂ ਜੀ ਮਾਨਚੈਸਟਰ ਵਾਲੇ ਸਾਡੇ ਵੀਰ ਕਿਹੜੀ ਕਿਹੜੀ ਗੱਲ ਕਰਦੇ ਨੇ, ਉਸ ਤੋਂ ਬਾਅਦ ਬਰਮਿੰਗਮ ਔਰ ਉਸ ਤੋਂ ਬਾਅਦ ਫਿਰ ਵਾਪਸ ਭਾਰਤ, ਫਿਰ ਵਾਪਸ ਇੱਥੇ ਆਵਾਂਗੇ। ਇਸ ਤਰੀਕੇ ਦੇ ਨਾਲ ਅੱਜ ਇਹ ਇੰਟਰਨੈਸ਼ਨਲ ਡਿਬੇਟ ਜਿਹੜੀ ਹੈ ਚੱਲ ਰਹੀ ਹੈ ਔਰ ਇਸ ਡਿਬੇਟ ਨੇ ਕੌਮ ਤਿਆਰ ਹੈ, ਇਹ ਤਾਂ ਦੱਸਿਆ ਹੈ ਕਿ ਕੌਮ ਬਿਲਕੁਲ ਤਿਆਰ ਹੈ, ਲੇਕਿਨ ਕੌਮ ਕਿਸ ਚੀਜ਼ ਦੇ ਲਈ ਤਿਆਰ ਹੈ? ਲੜਨ ਦੇ ਲਈ ਤਿਆਰ ਹੈ, ਕੁਛ ਪ੍ਰਾਪਤੀ ਕਰਨ ਦੇ ਲਈ ਤਿਆਰ ਹੈ, ਕਿਉਂਕਿ ਕੌਮ ਇਕੱਠੀ ਹੋਈ ਹੈ ਔਰ ਆਪਾਂ ਇਹ ਤਾਂ ਜ਼ਾਹਿਰ ਤੌਰ ਉੱਪਰ ਸੋਚ ਹੀ ਸਕਦੇ ਹਾਂ ਕਿ ਜਿਸ ਵਕਤ ਸਾਡੀ ਕੌਮ ਇਕੱਠੀ ਹੁੰਦੀ ਹੈ ਉਸ ਵਕਤ ਕੁਝ ਨਾ ਕੁਝ ਪ੍ਰਾਪਤੀ, ਕੁਝ ਨਾ ਕੁਝ ਹਾਸਲ ਤਾਂ ਜ਼ਰੂਰ ਕਰ ਲੈਂਦੀ ਹੈ। ਤੋ ਸਿੱਖ ਕੌਮ ਦੇ ਨਾਲ ਹੋ ਰਹੀਆਂ ਵਧੀਕੀਆਂ ਦੇ ਪ੍ਰਤੀ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ। ਵਧੀਕੀਆਂ ਦਾ ਜਿਹੜਾ ਕਾਰਨ ਹੈ ਉਹ ਜੋ ਅੰਮ੍ਰਿਤਸਰ ਸਾਹਿਬ ਤੋਂ ਸਾਡੀ ਗੱਲਬਾਤ ਹੋਈ ਹੈ ਉਸ ਦੇ ਵਿੱਚ ਇਹੋ ਕੱਢਿਆ ਗਿਆ ਕਿ ਇਹਨਾਂ ਵਧੀਕੀਆਂ ਦਾ ਕਾਰਨ ਇਹ ਹੈ ਕਿ ਕੌਮ ਦੇ ਕੋਲ ਇਸ ਵਕਤ ਕੋਈ ਯੋਗ ਅਗਵਾਹੀ ਦੇਣ ਵਾਲਾ ਨਹੀਂ, ਜਿਹੜੀਆਂ ਕੌਮ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੈਸ਼ਨਲ ਲੀਡਰਾਂ ਦੇ ਅੱਗੇ ਜਾ ਕੇ ਰੱਖ ਸਕੇ ਜਾਂ ਫਿਰ ਕੌਮ ਨੂੰ ਕਿਸੇ ਪੱਖੋਂ ਅਗਵਾਹੀ ਦੇ ਸਕੇ। ਕੌਮ ਇਕੱਠੀ ਹੈ ਲੇਕਿਨ ਕੌਮ ਨੂੰ ਅਗਵਾਹੀ ਦੇਣ ਵਾਲਾ ਕੋਈ ਨਹੀਂ ਹੈ। ਤਾਂ ਡਾਕਟਰ ਉਦੇਕਰ ਸਾਹਿਬ ਬਹਿਸ ਕਰ ਰਹੇ ਸਨ ਉਹਨਾਂ ਸਤਿਕਾਰਯੋਗ ਵੀਰਾਂ ਦੇ ਨਾਲ। ਡਾਕਟਰ ਸਾਹਿਬ ਨੇ ਇੱਕ ਗੱਲ ਹੋਰ ਕਹੀ ਕਿ ਕਈ ਵਾਰੀ ਲਹਿਰਾਂ ਦੇ ਵਿੱਚੋਂ ਲੀਡਰ ਪੈਦਾ ਹੋ ਜਾਂਦੇ ਨੇ ਔਰ ਕਈ ਵਾਰੀ ਲਹਿਰਾਂ ਲੀਡਰ ਪੈਦਾ ਕਰ ਦਿੰਦੀਆਂ ਨੇ, ਅਤੇ ਜੇ ਲੀਡਰ ਨਹੀਂ ਤਾਂ ਫਿਰ ਉੱਠੀ ਹੋਈ ਲਹਿਰ ਵੀ ਕੁਝ ਨਹੀਂ ਕਰ ਸਕਦੀ। ਜਿਵੇਂ ਕਿ 84 ਦੇ ਵਿੱਚ ਇੱਕ ਲਹਿਰ ਉੱਠੀ, ਉਸ ਲਹਿਰ ਦੀ ਧਾਰਮਿਕ ਅਗਵਾਈ ਦੇਣ ਦੇ ਲਈ ਮਹਾਂਪੁਰਖ ਸੰਤ ਬਾਬਾ ਭਿੰਡਰਾਂਵਾਲੇ ਅੱਗੇ ਆਏ ਔਰ ਜ਼ਾਹਿਰ ਤੌਰ ਉੱਪਰ ਉਹਨਾਂ ਦੀ ਰਹਿਨਮਾਈ ਹੇਠ ਕੌਮ ਨੂੰ ਇੱਕ ਸੇਧ ਮਿਲੀ। ਲੇਕਿਨ ਉਹ ਸਭ ਤੋਂ ਵੱਡੀ ਸੇਧ ਇਹ ਸੀ ਕਿ ਕੌਮ ਪਤੀ ਨੇ ਆਪਣੇ ਆਪਣੇ ਵਪਾਰ ਚਲਾ ਰਹੇ ਨੇ ਔਰ ਵਪਾਰ ਰਾਹੀਂ ਬੜੀਆਂ ਉੱਚ ਪਦਵੀਆਂ ਪ੍ਰਾਪਤ ਕੀਤੀਆਂ, ਉਹਨਾਂ ਦੀ ਵੀ ਘਾਟ ਨਹੀਂ, ਉੱਚੇ ਤੋਂ ਉੱਚੀ ਪਦਵੀਆਂ ਉੱਪਰ ਪਹੁੰਚ ਚੁੱਕੇ ਨੇ, ਸਿੱਖ ਵਿਦੇਸ਼ਾਂ ਦੇ ਵਿੱਚ ਵਸ ਚੁੱਕੇ ਨੇ, ਕਿਸੇ ਪੱਖੋਂ ਕੋਈ ਵੀ ਐਸਾ ਪਹਿਲੂ ਨਹੀਂ ਹੈ ਜਿਸ ਦੇ ਵਿੱਚ ਸਿੱਖਾਂ ਨੇ ਮਾਰ ਕੇ ਨਹੀਂ ਮਾਰੇ ਹੋਣ, ਫਿਰ ਸਿੱਖ ਆਪਣੀ ਹੀ ਕੌਮ ਨੂੰ ਲੀਡਰ ਕਿਉਂ ਨਹੀਂ ਦੇ ਸਕੇ? ਇਹ ਇੱਕ ਬਹੁਤ ਗੰਭੀਰ ਮੁੱਦਾ ਹੈ। ਤਾਂ ਚਰਨਜੀਤ ਸਿੰਘ ਸੁੱਜੋ ਸਾਹਿਬ ਦੇ ਨਾਲ ਬੈਠੇ ਨੇ ਸਤਿਕਾਰਯੋਗ ਬਲਵੀਰ ਸਿੰਘ ਜੀ ਬੈਂਸ ਸਾਹਿਬ, ਜਿਹੜੇ ਕਿ ਸਿੱਖ ਆਰਗਨਾਈਜੇਸ਼ਨ ਫੋਰ ਪ੍ਰਿਜ਼ਨਰਸ ਵੈਲਫੇਅਰ ਜਥੇਬੰਦੀ ਦੇ ਨਾਮ ਹੇਠ ਆਪਣੀ ਜਦੋਜਹਿਦ ਕਰ ਰਹੇ ਨੇ ਔਰ ਚਿਰਾਂ ਤੋਂ ਲੜਾਈ ਲੜ ਰਹੇ ਨੇ। ਉਸ ਲੜਾਈ ਦੇ ਵਿੱਚ ਆਪ ਵੀ ਹਿੰਦੁਸਤਾਨ ਦੀ ਸਰਕਾਰ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਨੇ, ਸਾਡੇ ਪਿੱਛੋਂ ਕੁਛ ਲੁਕਿਆ ਛੁਪਿਆ ਨਹੀਂ ਹੈ ਉਹਨਾਂ ਦੇ ਜੀਵਨ ਬਾਰੇ, ਲੇਕਿਨ ਉਹਨਾਂ ਨੇ ਆਪਣੀ ਸੇਵਾ ਦੇ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ, ਕੋਈ ਖੜੋਤ ਨਹੀਂ ਆਉਣ ਦਿੱਤੀ। ਉਸੇ ਹੀ ਭਾਵਨਾ ਦੇ ਨਾਲ ਸਿੱਖ ਕੌਮ ਦੀ ਸੇਵਾ ਕਰ ਰਹੇ ਨੇ, ਸੇਵਾ ਨਿਭਾ ਰਹੇ ਨੇ। ਸਤਿਗੁਰ ਆਪ ਜੀ ਨੂੰ ਵੀ ਉਮਰ ਦਰਾਜ਼ ਕਰਨ। ਔਰ ਆਪਾਂ ਅੱਜ ਦੇ ਇਸ ਲੰਡਨ ਸਟੂਡੀਓ ਤੋਂ ਆਗਾਜ਼ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਆਪਾਂ ਅੱਜ ਦੇ ਇਸ ਮੁੱਦੇ ਬਾਰੇ ਜਿਹੜਾ ਕਿ ਆਪਨੇ ਹੁਣੇ ਹੁਣੇ ਸੁਣਿਆ ਹੈ ਔਰ ਮੈਂ ਵੀ ਥੋੜ੍ਹਾ ਜਿਹਾ ਡਿਸਕਸ ਕਰ ਹੀ ਦਿੱਤਾ ਹੈ, ਇਸ ਦੇ ਬਾਬਤ ਆਪ ਕੀ ਵਿਚਾਰ ਦਿਓਗੇ? ਮੈਂ ਸਰਵਨ ਸਿੰਘ ਸਾਹਿਬ ਕੰਦੋਲਾ ਸਾਹਿਬ ਤੋਂ ਗੱਲਬਾਤ ਸ਼ੁਰੂ ਕਰਦਾ। ਕੰਦੋਲਾ ਸਾਹਿਬ, ਆਪ ਜੀ ਕੀ ਕਹੋਗੇ ਅੱਜ ਦੇ ਇਸ ਮੁੱਦੇ ਬਾਰੇ ਕਿ ਕੌਮ ਇੱਕ ਲੀਡਰਲੈਸ ਹੋ ਚੁੱਕੀ ਹੈ? ਕਿ ਤੁਸੀਂ ਇਸ ਗੱਲ ਦੇ ਨਾਲ ਪਹਿਲਾਂ ਤਾਂ ਸਹਿਮਤ ਹੋ ਕਿ ਕੌਮ ਦੇ ਕੋਲ ਕੋਈ ਲੀਡਰ ਨਹੀਂ, ਇਹ ਔਨ ਹੈ ਜੀ, ਤੁਸੀਂ ਫਿਕਰ ਨਹੀਂ ਕਰੋ, ਇਹਨੂੰ ਆਪਣੇ ਤੁਸੀਂ ਉਸ ਵਕਤ ਧਾਰਮਿਕ ਪੱਖੋਂ ਇੱਕ ਹੋਈ, ਜਿਹਨਾਂ ਨੇ ਕੇਸ ਦਾੜੀਆਂ ਨਹੀਂ ਸਨ ਰੱਖੀਆਂ ਹੋਈਆਂ,
ਇੱਕ ਜਿਹੜੀ ਕਿ ਬਹੁਤ ਹੀ ਚੰਗੀ ਜਿਹੜੀ ਮੁਬਾਰਕ ਸਵੇਰ ਦਾ ਆਗਾਜ਼ ਹੋਇਆ, ਜਿਸ ਵਕਤ ਕਿ ਕੌਮ ਦੇ ਵਿੱਚ ਇੱਕ ਧਾਰਮਿਕ ਭਾਵਨਾ, ਇੱਕ ਧਾਰਮਿਕ ਜਜ਼ਬਾ ਵੀ ਪੈਦਾ ਹੋਇਆ। ਲੇਕਿਨ ਜਿਸ ਵਕਤ ਅਟੈਕ ਹੋਇਆ, ਅਟੈਕ ਤੋਂ ਬਾਅਦ ਫਿਰ ਜੂਨ 84 ਦਾ ਇੱਕ ਐਸਾ ਸਾਕਾ ਹੋ ਗਿਆ, ਉਸ ਤੋਂ ਬਾਅਦ ਕੌਮ ਦੇ ਵਿੱਚ ਉਹ ਸ਼ਿਥਿਲਤਾ ਆ ਗਈ, ਯਾਨੀ ਕਿ ਇੱਕ ਐਸੀ ਭਾਵਨਾ ਜਿਸ ਦੇ ਵਿੱਚ ਕੌਮ ਪੂਰੀ ਤਰ੍ਹਾਂ ਦੇ ਨਾਲ ਅੱਗੇ ਨਹੀਂ ਵੱਧ ਸਕੀ। ਜਿਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੁਝਾਰੂ ਲਹਿਰ ਵੀ ਉਸ ਵਕਤ ਠੰਡੀ ਹੋ ਗਈ, ਜਾਂ ਜੁਝਾਰੂ ਲਹਿਰ ਦੇ ਵਿੱਚ ਵੀ ਥੋੜ੍ਹਾ ਜਿਹਾ ਖੜੋਤ ਆ ਗਈ, ਔਰ ਫਿਰ ਉਸ ਤੋਂ ਬਾਅਦ ਇਹ ਸਾਰੇ ਦੇ ਸਾਰੇ ਜਿਹੜੇ ਸਨ ਕੌਮ ਦੇ ਵਿੱਚ ਭਾਣੇ ਵਾਪਰਦੇ ਰਹੇ। ਲੀਡਰਲੈਸ ਕੌਮ ਹੈ, ਇਸ ਗੱਲ ਦਾ ਸੁਨੇਹਾ ਸੰਕੇਤ ਉਹਨਾਂ ਨੇ ਸਾਨੂੰ ਦੇ ਦਿੱਤਾ। ਉਸ ਤੋਂ ਬਾਅਦ ਲਹਿਰਾਂ ਦੇ ਵਿੱਚੋਂ ਕੀ ਲੀਡਰ ਪੈਦਾ ਹੁੰਦਾ? ਅੱਜ ਆਪਾਂ ਇਸ ਗੱਲ ਨੂੰ ਲੈ ਕੇ ਆਪਣੇ ਇਸ ਵਕਤ ਲੰਡਨ ਦੇ ਸਟੂਡੀਓ ਤੋਂ ਵੀ ਆਪਾਂ ਇਸੇ ਬਹਿਸ ਦਾ ਬਹਿਸ ਨੂੰ ਅੱਗੇ ਵਧਾਵਾਂਗੇ। ਮੇਰੇ ਨਾਲ ਸਤਿਕਾਰਯੋਗ ਬਿਲਕੁਲ ਸੱਜੇ ਪਾਸੇ ਬੈਠੇ ਨੇ ਸਤਿਕਾਰਯੋਗ ਸਰਵਣ ਸਿੰਘ ਜੀ ਕੰਦੋਲਾ ਸਾਹਿਬ, ਜਿਹੜੇ ਕਿ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਤੋਂ ਆਏ ਨੇ, ਸਾਡੇ ਨਾਲ ਇਸ ਵਕਤ ਪੈਨਲ ਦੇ ਵਿੱਚ ਸ਼ਾਮਿਲ ਨੇ। ਇਹ ਉਹ ਉਹਨਾਂ ਪਾਸੋਂ ਵੀ ਆਪਾਂ ਵਿਚਾਰ ਜਾਣਾਂਗੇ। ਔਰ ਮੇਰੇ ਬਿਲਕੁਲ ਸੱਜੇ ਪਾਸੇ ਬੈਠੇ ਨੇ ਸਤਿਕਾਰਯੋਗ ਸਾਡੇ ਵੀਰ ਅੰਮ੍ਰਿਤਪਾਲ ਸਿੰਘ ਸਾਹਿਬ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਇੰਟਰਨੈਸ਼ਨਲ ਪ੍ਰੋਗਰਾਮ ਦੇ ਵਿੱਚ ਆਪਨੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਜਿਹੜੇ ਪੈਨਲ ਦੇ ਸਤਿਕਾਰਯੋਗ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੋਹਣਾ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ, ਇਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਕਮ ਸਿੰਘ ਸਾਹਿਬ ਜੀ, ਬੇਬੀ ਸੰਦੀਪ ਕੌਰ ਜੀ ਔਰ ਸਤਿਕਾਰਯੋਗ ਵੰਗਾਰ ਦੇ ਐਡੀਟਰ ਬਲਜੀਤ ਸਿੰਘ ਸਾਹਿਬ ਸ਼ਾਮਿਲ ਸਨ। ਇਸ ਗੱਲਬਾਤ ਦੇ ਵਿੱਚ ਜਿਹੜਾ ਨਿਚੋੜ ਆਪਾਂ ਕੱਢਿਆ ਅੱਜ, ਇਸ ਵਕਤ ਆਪ ਲੰਡਨ ਦੇ ਸਟੂਡੀਓ ਦੇ ਵਿੱਚ, ਇਸ ਨਿਚੋੜ ਦੇ ਬਾਬਤ ਹੁਣ ਗੱਲਬਾਤ ਕਰਾਂਗੇ। ਮੈਂ ਆਪ ਜੀ ਨੂੰ ਦੱਸਦਾ ਜਾਵਾਂ ਕਿ ਲੰਡਨ ਦੇ ਸਟੂਡੀਓ ਤੋਂ ਬਾਅਦ, ਕਿਉਂਕਿ ਇਸ ਵਕਤ ਸਾਡੇ 4-5 ਸਟੂਡੀਓਜ਼ ਦੇ ਵਿੱਚ ਲਗਾਤਾਰ ਸਾਡੀ ਗੱਲਬਾਤ ਜਾਰੀ ਰਹੇਗੀ, ਜਿਵੇਂ ਕਿ ਆਪਨੇ ਹੁਣੇ ਹੁਣੇ ਅੰਮ੍ਰਿਤਸਰ ਸਾਹਿਬ ਤੋਂ ਗੱਲਬਾਤ ਸੁਣੀ ਹੈ, ਅੰਮ੍ਰਿਤਸਰ ਸਾਹਿਬ ਤੋਂ ਬਾਅਦ ਹੁਣ ਆਪਾਂ ਲੰਡਨ ਆ ਗਏ ਹਾਂ, ਲੰਡਨ ਤੋਂ ਬਾਅਦ ਆਪਾਂ ਬਰਮਿੰਘਮ, ਮਾਨਚੈਸਟਰ ਔਰ ਇਟਲੀ ਹੁੰਦੇ ਹੋਇਆਂ ਫਿਰ ਇੱਕ ਵਾਰੀ ਅੰਮ੍ਰਿਤਸਰ ਜਾਵਾਂਗੇ, ਫਿਰ ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹੇਗਾ। ਤੋ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਮੋਹਕਮ ਸਿੰਘ ਹੁਣਾਂ ਨੇ ਕੀਤੀ ਹੈ, ਜੋ ਉਦੇ ਘੋੜਾ ਨੇ ਉਹਨਾਂ ਪਾਸੋਂ ਸਵਾਲ ਪੁੱਛਿਆ ਸੀ ਡਾਕਟਰ ਸੁਖਪ੍ਰੀਤ ਸਿੰਘ ਹੁਣਾਂ ਨੇ, ਕਿ ਕੌਮ ਇਸ ਵਕਤ ਇਕੱਠੀ ਤਾਂ ਹੈ ਲੇਕਿਨ ਕੌਮ ਲੀਡਰਲੈਸ ਹੈ। ਗੱਲ ਦਾ ਨਿਚੋੜ ਉਹਨਾਂ ਵੱਲੋਂ ਇਹ ਸੀ ਕਿ ਕੌਮ ਤਿਆਰ ਹੈ ਪਰ ਕੌਮ ਦੇ ਕੋਲ ਲੀਡਰਸ਼ਿਪ ਕੋਈ ਨਹੀਂ ਹੈ। ਲੇਕਿਨ ਜਿਹੜੀ ਮੋਹਕਮ ਸਿੰਘ ਹੁਣਾਂ ਨੇ ਜਾਂ ਜਿਹੜੀ ਬਲਜੀਤ ਸਿੰਘ ਹੁਣਾਂ ਨੇ ਗੱਲਬਾਤ ਕੀਤੀ ਹੈ, ਉਸ ਦੇ ਵਿੱਚ ਉਹਨਾਂ ਨੇ ਜੀ ਮਾਨ ਸਾਹਿਬ ਜਿਹੜੇ ਕਿ ਇਸ ਵਕਤ ਮੇਅਰ ਨੇ ਲੰਡਨ ਬੋਰੋ ਆਫ ਹੌਂਸਲੋ ਦੇ, ਉਹਨਾਂ ਦਾ ਸਵਾਗਤ ਹੈ। ਕਿਸੇ ਵੀ ਜਾਣ ਪਹਿਚਾਣ ਦੇ ਮੁਤਾਬਕ ਨਹੀਂ, ਸਾਡੇ ਸਟੂਡੀਓ ਦੇ ਵਿੱਚ ਅਨੇਕਾਂ ਵਾਰ ਆਏ, ਸਾਡੇ ਨਾਲ ਅਨੇਕਾਂ ਵਾਰੀ ਗੱਲਬਾਤ ਕੀਤੀ। ਅੰਮ੍ਰਿਤਪਾਲ ਸਿੰਘ ਜੀ ਮਾਨ ਸਾਹਿਬ, ਆਪ ਜੀ ਦੇ ਪਿਤਾ ਜੀ ਸਰਦਾਰ ਅਜੀਤ ਸਿੰਘ ਜੀ ਮਾਨ ਸਾਹਿਬ ਸਾਡੇ ਨਾਲ ਕੁਲੀਗ ਰਹੇ, ਪੜ੍ਹਾਉਂਦੇ ਰਹੇ। ਇਸ ਤੋਂ ਇਲਾਵਾ ਮੇਰੇ ਬਿਲਕੁਲ ਖੱਬੇ ਪਾਸੇ ਬੈਠੇ ਨੇ ਚਰਨਜੀਤ ਸਿੰਘ ਜੀ ਸੋਜੋ ਸਾਹਿਬ, ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਅੱਜ ਪੰਜਾਬ ਦੀ ਧਰਤੀ ਤੋਂ ਸਾਡੇ ਵਿਚਕਾਰ ਆਏ ਨੇ। ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਲੜੀ ਔਰ ਉਸ ਜੁਝਾਰੂ ਲਾਇਰ ਦੇ ਨਾਲ ਬਾਵਸਤਾ ਰਹੇ ਨੇ, ਆਪਣੇ ਦੇਸ਼ ਆਪਣੇ ਵਤਨ ਯਾਨੀ ਕਿ ਸਿੱਖਾਂ ਦੀ ਆਜ਼ਾਦੀ ਦੇ ਲਈ ਬੜੀ ਸ਼ਿੱਦਤ ਦੇ ਨਾਲ ਜਦੋਜਹਿਦ ਕਰ ਰਹੇ ਨੇ ਔਰ ਇਸ ਵਕਤ ਜਿਹੜੀ ਕਿ ਕੌਮੀ ਭਾਵਨਾ ਦੇ ਨਾਲ ਸਾਡੇ ਕੁਝ ਕੁ ਗੁਰਸਿੱਖਾਂ ਉੱਪਰ ਮੁੜ ਕੇ ਤਸ਼ੱਦਦ ਦੀ ਲਹਿਰ ਚੱਲੀ ਹੈ, ਉਸ ਦੇ ਹੁਣ ਵੀ ਸ਼ਿਕਾਰ ਹੋਏ ਲੇਕਿਨ ਫਿਰ ਵੀ ਹੌਸਲਾ ਬੁਲੰਦ ਹੈ। ਤੋ ਚਰਨਜੀਤ ਸਿੰਘ ਸੁੱਜੋ ਹੁਣਾਂ ਦੇ ਨਾਲ ਆਪਾਂ ਅੱਗੋਂ ਆਉਣ ਵਾਲੇ ਵਕਤ ਦੇ ਵਿੱਚ ਵੀ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਖੁੱਲ੍ਹੀਆਂ ਵਿਚਾਰਾਂ ਕਰਾਂਗੇ, ਪਰ ਅੱਜ ਦੀ ਜਿਹੜੀ ਵਿਚਾਰ ਹੈ ਉਹ ਸੀਮਿਤ ਵਿਚਾਰ ਹੈ, ਜਿਸ ਦੇ ਵਿੱਚ ਕੌਮ ਨੂੰ ਕੀ ਲੀਡਰ ਮਿਲ ਸਕੇਗਾ, ਕੌਮ ਲੀਡਰਲੈਸ ਕਿਉਂ ਹੈ, ਕਿਉਂ ਰਹੀ ਕੌਮ ਲੀਡਰਲੈਸ ਇੰਨਾ ਸਿਆਣਪ ਹੁੰਦਿਆਂ ਹੋਇਆਂ ਸਿੱਖ ਕੌਮ ਦੇ ਵਿੱਚ, ਖਿਮਾ ਕਰਨੀ, ਆਰਥਿਕ ਪੱਖੋਂ ਅਮੀਰ ਵਿਅਕਤੀਆਂ ਵੀ ਦੀ ਵੀ ਘਾਟ ਨਹੀਂ, ਸਿੱਖ ਕੌਮ ਦੇ ਵਿੱਚ ਜਿਹੜੇ ਦਿਮਾਗੀ ਪੱਖੋਂ ਉਦਯੋਗ